ਲਓ ਜੀ ਹਾੜੀਆਂ ਦੇ ਕ੍ਰਿਕਟ ਕੱਪ ਦਾ ਜੀ ਤੀਸਰਾ ਦਿਨ ਤੇ ਤੀਜਾ ਪੂਲ ਆ ਪਹਿਲਾ ਮੈਚ ਸਲਾਣਾ ਵਰਸਸ ਗਾਹੀ ਸਲਾਣੇ ਦੀ ਟੀਮ ਸੰਤ ਬਾਬਾ ਮਾੜੂਦਾਸ ਜੀ ਦੀ ਕਹਿੰਦੇ ਵੱਡੀ ਅਪਾਰ ਕਿਰਪਾ ਸਲਾਣੇ ਦੀ ਟੀਮ ਜਿਹੜੀ ਚੇਚੇ ਤੌਰ ਤੇ ਆਈ ਹੈ ਔਰ ਦੂਜੇ ਪਾਸੇ ਕਹਿੰਦੇ ਇਸ ਇਲਾਕੇ ਦੀ ਟੀਮ ਆ ਗਾਹੀ ਭੈਣੀ ਪਿੰਡ ਦੀ ਕਹਿੰਦੇ ਕਿਸੇ ਜਾਣ ਤੇ ਪਹਿਚਾਣ ਦੇ ਮਹਤਾਜ ਵੀ ਪੰਜ ਭੈਣੀਆਂ ਦੇ ਲਾਗੇ ਕਰਕੇ ਕਹਿੰਦੇ ਪਿੰਡ ਇਹਨਾਂ ਖਿਡਾਰੀਆਂ ਦਾ ਜਸ਼ਨ ਸਾੜਾ ਵੀਰ ਜੋ ਸਾਡੇ ਤੋਂ ਹਮੇਸ਼ਾ ਲਈ ਵਿਛੋੜੇ ਪਾ ਗਿਆ ਹੈ ਸਵਰਗੀ ਜਸ਼ਨਪ੍ਰੀਤ ਸਿੰਘ ਢਿੱਲੋਂ ਜੋ ਕਿ ਸਾਡੇ ਤੋਂ ਹਮੇਸ਼ਾ ਲਈ ਵਿਛੋੜੇ ਪਾ ਗਿਆ ਹੈ ਉਸ ਭਰਾ ਦੀ ਯਾਦ ਵਿੱਚ ਜਿਹੜਾ ਹੈ ਇਹ ਮੇਲਾ ਜਿਹੜਾ ਸਾਡੇ ਭਰਾਵਾਂ ਨੇ ਕਰਵਾਇਆ ਹੈ ਮੈਂ ਬਹੁਤ ਵੱਡਾ ਧੰਨਵਾਦ ਕਰਦਾ ਮਾਲਵਾ ਸਪੋਰਟਸ ਕਲੱਬ ਦਾ ਜਿਹਨਾਂ ਨੇ ਇੱਕ ਵਧੀਆ ਕੱਪ ਜਿਹੜਾ ਰਲ ਮਿਲ ਕੇ ਕਰਵਾਇਆ ਸਾਡੇ ਵੀਰਾਂ ਨੇ ਸਾਰੇ ਵੀਰਾਂ ਦਾ ਜਿਹੜਾ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਖੇਡ ਮੈਦਾਨ ਦੇ ਵਿੱਚ ਇੱਕ ਤਕੜਾ ਮੁਕਾਬਲਾ ਜਿਹੜਾ ਕਿ ਸ਼ੁਰੂ ਹੋਣ ਜਾ ਰਿਹਾ ਤੀਜੇ ਪੂਰ ਦਾ ਹੈ ਐਨ ਪਹਿਲਾ ਮੁਕਾਬਲਾ ਹਾਂਜੀ ਬਾਲਾ ਪੁੱਜ ਦੀਆਂ ਕਰਦੀ ਗਰਾਊਂਡ ਦੇ ਵਿੱਚ ਬੇਨਤੀ ਹੈ ਬਾਲਾ ਜਿਹੜੀ ਆਪਾਂ ਪੁੱਜ ਦੀਆਂ ਕਰਦੀ ਗਰਾਊਂਡ ਦੇ ਵਿੱਚ ਇੱਕ ਰਿਕੁਐਸਟ ਆ ਸਾਡੀ ਪ੍ਰਬੰਧਕ ਕਮੇਟੀ ਨੂੰ ਮੈਨੇਜਮੈਂਟ ਨੂੰ ਤੀਜਾ ਬਾਲਾ ਜਿਹੜੀ ਪੁੱਜ ਦੀਆਂ ਕਰਦੀ ਗਰਾਊਂਡ ਦੇ ਵਿੱਚ ਮੈਚ ਪਹਿਲੇ ਮੈਚ ਦੇ ਸਲਾਣੇ ਦੀ ਟੀਮ ਦੋ ਫੀਲਡਰ ਦੇ ਲੈ ਕੇ ਆ ਸਲਾਣੇ ਦੇ ਵਿੱਚ ਮੰਨਾ ਜਿਹੜੀ ਦੋ ਫੀਲਡਰ ਦੇ ਦੀਏ ਨਾਲ ਔਰ ਜੈਕ ਬੈਟਸਮੈਨ ਨਹੀਂ ਕਰਨਗੇ ਜੀ ਨੋਟ ਕਰਿਓ ਜਿਹੜੇ ਅੰਪਾਇਰ ਆ ਰੈਫਰੀ ਵੀਰ ਆ ਸਾਡੇ ਬੋਲਾਂ ਚੈੱਕ ਕਰਨਗੇ ਸਲਾਣੇ ਦੀ ਟੀਮ ਮਹਾਨ ਖਿਡਾਰੀ ਕਹਿੰਦੇ ਮੇਰੇ ਵੀਰੋ ਕਰਨ ਨੂੰ ਦੁਨੀਆ ਜਾਣਦੀ ਹੈ ਸੁੱਖੇ ਵਰਗੇ ਜਿਹੜੀ ਧਰਤੀ ਨੇ ਪੈਦਾ ਕੀਤੇ ਹੈ ਸਿਆ ਗੁਰੂ ਵਰਗੇ ਕਹਿੰਦੇ ਦਿੱਲੀ ਵਰਗੇ ਨਵਦੀਪ ਦਾ ਤੇ ਨਵਦੀਪ ਦੇ ਫੱਟੇ ਵੀ ਦਾ ਕਹਿੰਦੇ ਵੱਡਾ ਸਹਿਜੂ ਹੁੰਦਾ ਸਲਾਣੇ ਦੇ ਖੇਡ ਮੇਲੇ ਦੇ ਲਈ ਅੱਜ ਵੱਡਾ ਨਹੀਂ ਆਇਆ ਪਰ ਛੋਟਾ ਆਇਆ ਨਵਦੀਪ ਔਰ ਨਵਦੀਪ ਨੇ ਤੇ ਸੰਦੀਪ ਦੇ ਕਹਿੰਦੇ ਚਾਚੇ ਵੱਡੇ ਆਪਣੇ ਵੀਰੋ ਕਾਲੇ ਨੂੰ ਦੁਨੀਆ ਜਾਣਦੀ ਹੈ ਔਰ ਦੋ ਖਿਡਾਰੀ ਜਿਹੜੇ ਮੈਂ ਧੱਕ ਦਾ ਵੀ ਖੇਡਦੇ ਨਜ਼ਰ ਆ ਰਹੇ ਹੈ ਇੱਕ ਦਾ ਕਹਿੰਦੇ ਮੇਰੇ ਵੀਰੋ ਅਜਨੇਰ ਪਿੰਡ ਤੇ ਮੰਨਾ ਨਾਮ ਹੈ ਜਿਹਨੇ ਅਜਨੇਰਾ ਵਾਲੇ ਸੱਤੋਂ ਨੂੰ ਛੱਡਿਆ ਹੈ ਉਹ ਖਿਡਾਰੀ ਖੇਡ ਮੈਦਾਨ ਦੇ ਵਿੱਚ ਆਪਾਂ ਧਾਕੇ ਦੇ ਵੀ ਜਿਹੜਾ ਆ ਗਿਆ ਹੈ ਅਜਨੇਰਾ ਵਾਲਾ ਜਿਹਦੇ ਕੋਲ ਟੀ ਸ਼ਰਟ ਨਹੀਂ ਹੋਣੀ ਤਿੰਨ ਵਾਲਾ ਸਿੱਧੀਆਂ ਕੱਟੀਆਂ ਜਾਣੀਆਂ ਨੋਟ ਕਰ ਲਿਓ ਜਿਹਦੇ ਕੋਲ ਟੀ ਸ਼ਰਟ ਨਹੀਂ ਹੋਣੀ ਤਿੰਨ ਵਾਲਾ ਦੀ ਸਿੱਧੀ ਜਿਹੜੀ ਗਰੰਟੀ ਹੋਵੇਗੀ ਇਹ ਨੋਟ ਕਰ ਲਿਓ ਰਜਿੰਦਰ ਬਾਠ ਗੁਰਪਿਆਰ ਬਾਬਾ ਜੀ ਦਾ ਬਹੁਤ ਧੰਨਵਾਦ ਹੈ ਸਰਦਾਰ ਅਮਰ ਸਿੰਘ ਜੀ ਮੈਂਬਰ ਪੰਚਾਇਤ ਬਹੁਤ ਬੜਾ ਧੰਨਵਾਦ ਹੈ ਵੱਡੇ ਮਾਣ ਜਿਹੜੇ ਦਾਸ ਦੇ ਲਈ ਵੱਡੇ ਮਾਣ ਜਿਹੜੇ ਕੁਝ ਨਹੀਂ ਕਰ ਗਏ ਹੈ ਧੰਨਵਾਦ ਕਰ ਰਹੇ ਹੈ ਨਾ ਕਿ ਕਪੂਰਥਲਾ ਗਿੜਵੇ ਵਾਲਾ ਕਹਿੰਦੇ ਗੁਰਜੀਤ ਵੀ ਆ ਗਿਆ ਮੇਰੇ ਵੀਰੋ ਗਿੜਵੇ ਵਾਲਾ ਗੁਰਜੀਤ ਮਹਾਨ ਖਿਡਾਰੀ ਹੈ ਔਰ ਮਹਾਨ ਕਹਿੰਦੇ ਮੇਰੇ ਵੀਰੇ ਜੋਤ ਸਿੱਧੂ ਮਾਣ ਘਰ ਦਾ ਸਾਹਮਣੇ ਵਾਲੀ ਹੈ ਔਰ ਗੱਲਾਂ ਟਿਕਾਣੇ ਹੈ ਔਰ ਫਿੱਦਾ ਅੱਜ ਫਿੱਦਾ ਆਇਆ ਕਹਿੰਦੇ ਸਲਾਣੇ ਪਿੰਡ ਵਾਲਾ ਮੇਰੇ ਵੀਰੋ ਜਿਹੜਾ ਕੀਪਰ ਖੜਾ ਨਾ ਸਲਾਣੇ ਦੀ ਟੀਮ ਦਾ ਹੈਂਡੀਕੈਪਟਾ ਕਹਿੰਦੇ ਔਰ ਵੱਡਾ ਨਾਮ ਹੈ ਇਹ ਖਿਡਾਰੀ ਦਾ ਮੇਰੇ ਵੀਰੋ ਜਿੰਦਾ ਸਰਾਣੇ ਦੀ ਧਰਤੀ ਦਾ ਮਹਾਨ ਖਿਡਾਰੀ ਕਹਿੰਦੀ ਫਿਰਦੇ ਇੱਕ ਫਤਿਹ ਦੀ ਸਮਝ ਬਣ ਸਕਦੇ ਕਿ ਤਾਲੀ ਮਾਰਦੇ ਜੋੜਾ ਖਿਡਾਰੀ ਦੇ ਨਾਂ ਤੇ ਹੌਸਲੇ ਬੁਲਾਉਂਦਾ ਹੈ ਔਰ ਕਹਿੰਦੇ ਦੁਨੀਆ ਪਿਆਰ ਕਰਦੀ ਆ ਖਿਡਾਰੀ ਨੂੰ ਔਰ ਦੂਜੇ ਪਾਸੇ ਕਹਿੰਦੇ ਜੀਰੋ ਦੋ ਨੰਬਰ ਦੀ ਕਿੱਟ ਦੇ ਵਿੱਚ ਜਿਹੜੇ ਖਿਡਾਰੀ ਨੇ ਕਹਿੰਦੇ ਖੰਨਾ ਇਲਾਕਾ ਜਿਹੜੇ ਖਿਡਾਰੀ ਨੇ ਕਹਿੰਦੇ ਅਮਨੋ ਇਲਾਕਾ ਜਿਹੜੇ ਖਿਡਾਰੀ ਨੇ ਕਹਿੰਦੇ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਕਰ ਦਿੱਤਾ ਹੈ ਅੱਜ ਮੰਦਾ ਕਹਿੰਦੇ ਮੇਰੀ ਵੀਰੋ ਅਜਨੇਰ ਵਾਲਾ ਜਨ ਭਾਵੇਂ ਕਹਿੰਦੇ ਸਮੈਲਪੁਰ ਦੇ ਵਿੱਚ ਹੋਇਆ ਹੈ ਪਰ ਪ੍ਰਸਿੱਧ ਜਿਹੜਾ ਅਜਨੇਰ ਘਰ ਹੁੰਦਾ ਹੈ ਬੰਦਾ ਅਜਨੇਰ ਪਿੰਡ ਵਾਲਾ ਕਹਿੰਦੇ ਬੰਦੇ ਤੂੰ ਵੀ ਫਾਟੇ ਦੀ ਸਾਂਝ ਪਾ ਇੱਕ ਸਾਜਕ ਦੇ ਨਾਲ ਇੱਕ ਤਾੜੀ ਮਾਰਦੇ ਜ਼ੋਰਦਾਰ ਆਹ ਖਿਡਾਰੀ ਦੇ ਵੀ ਨਾਂ ਤੇ ਆਹ ਖਿਡਾਰੀ ਵੀ ਕਹਿੰਦੇ ਵੱਡਾ ਮਾਰਦਾ ਮੇਰੀ ਵੀਰੋ ਗੋਲੂਏ ਇਹ ਮੁੰਡਾ ਕਹਿੰਦੇ ਗੋਲੂ ਮਾਰਦਾ ਮੇਰੀ ਵੀਰੋ ਸੈਮ ਅਮਲੋ ਵੱਡਾ ਮਾਰ ਕਰਦਾ ਖਿਡਾਰੀ ਦੀ ਖੇਡ ਤੇ ਔਰ ਕਦੇ ਸਕੂਟਰ ਜਿੱਤਦਾ ਹੈ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਕਰ ਦਿੰਦਾ ਮੇਰੇ ਵੀਰੋ ਇੱਕ ਆਮ ਜਿਹੇ ਪਰਿਵਾਰ ਦੇ ਵਿੱਚ ਉੱਠ ਕੇ ਆਹ ਖਿਡਾਰੀ ਨੇ ਕਹਿੰਦੇ ਦੁਨੀਆ ਦੇ ਵਿੱਚ ਨਾਂ ਬਣਾਇਆ ਇਹ ਵੀ ਸਪੌਂਸਰ ਦੇ ਆਹ ਖਿਡਾਰੀ ਦਾ ਕਹਿੰਦੇ ਇੱਕ ਵੱਡਾ ਮਹਿੰਗਾ ਭਾਅ ਜਿਹੜਾ ਵੀਜ਼ਾ ਲਾਇਆ ਹੈ ਔਰ ਆਹ ਜੋਤੀ ਵਰਗੀ ਵਾਲਾ ਕਹਿੰਦੀ ਜੋਤੀ ਤੂੰ ਵੀ ਸਾਡੇ ਦੀ ਸਾਂਝ ਪਾ ਕੇ ਸਾਡੇ ਦੇ ਨਾਲ ਇੱਕ ਤਾੜੀ ਆਹ ਖਿਡਾਰੀ ਨੇ ਵੀ ਨਾਂ ਤੇ ਮਾਰ ਦਈਏ ਜ਼ੋਰਦਾਰ ਇੱਕ ਆਮ ਜਿਹੇ ਪਰਿਵਾਰ ਦੇ ਵਿੱਚ ਉੱਠ ਕੇ ਆਹ ਖਿਡਾਰੀ ਨੇ ਕਹਿੰਦੇ ਵੱਡਾ ਨਾਂ ਬਣਾਇਆ ਕਹਿੰਦੀ ਭਾਅ ਵਾਲਾ ਕਾਰਗਰ ਨੌਜਵਾਨ ਹੈ ਇੱਕ ਪਾਸੇ ਗਾਹੀ ਭੈਣੀ ਹੈ ਔਰ ਦੂਜੇ ਪਾਸੇ ਸੰਤ ਬਾਬਾ ਮਾੜੂਦਾਸ ਜੀ ਦੀ ਵੱਡੀ ਭਰਾਵਾ ਪਾਰ ਕਿਰਪਾ ਪਹਿਲਾ ਮੈਚ ਦੀ ਭੱਜ ਮੈਨੂੰ ਇੱਕੋ ਜਿਹੀ ਕੌਣ ਮਿੱਤਰੋ ਲੈਣ ਦੀ ਟੱਕਰ ਹਾਰਿਆਂ ਨੂੰ ਹਾਰ ਮਿੱਤਰੋ ਉਹ ਰਾਜਾ ਖੇਲਾ ਲੀਟੇ ਗੱਲ ਲੱਖ ਲੱਖ ਦੀ ਬਾਈ ਧੁੱਪ ਪੈ ਅੱਜ ਹਾਰੀਏ ਦੇ ਕ੍ਰਿਕਟ ਕੱਪ ਦੀ ਐ ਤੇ ਕਹਿੰਦੇ ਵੱਡੇ ਖੇਡ ਮੇਲੇ ਦੀ ਐਨ ਧੁੱਪ ਪਈ ਆ ਇੱਕ ਪਾਸੇ ਗਾਈ ਭੈਣੀ ਪਿੰਡ ਤੋਂ 7-8 ਕਿਲੋਮੀਟਰ ਦੀ ਦੂਰੀ ਦੇ
ਸਲਾਣੀ ਦਾ ਜਿਹੜਾ ਮੈਚ ਬਹੁਤ ਤਕੜਾ ਖੇਡਿਆ ਜਾ ਰਿਹਾ। ਦੂਜਾ ਓਵਰ ਪਾਉਣ ਦੇ ਲਈ ਸਿੱਖ ਸਰਾਂ ਇਸ ਵੇਲੇ ਖੇਡ ਮੈਦਾਨ ਦੇ ਵਿੱਚ, ਸਰਪੰਚ ਜਿਹੜਾ ਤਿਆਰ, ਸਰਪੰਚ ਨੇ ਬਾਲ ਪਾਉਣਾ। ਸਰਦਾਰ
ਸਾਡੇ ਤੋਂ ਹਮੇਸ਼ਾ ਜਿਹੜੀ ਛੋਟੇ ਤੋਂ ਆ ਗਿਆ ਉਸ ਭਰਾ ਦੀ ਜਿਹੜੀ ਨਿੱਜੀ ਯਾਦ ਦੇ ਵਿੱਚ ਇਹ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਗਰੀਬ ਰਿਵਾਜ ਤੋਂ 5-6 ਸਾਲ ਪਹਿਲਾਂ ਵੀ ਕੰਮ ਹੋਇਆ ਉਦੋਂ ਇਹ ਮਿੱਤ ਜਨ ਜੀ ਕਹਿੰਦੇ ਵੀ ਭਾਵੇਂ ਬਾਣੀ ਵਾਲਾ ਬਜਟ ਘੱਟ ਰੱਖਿਆ ਪਰ ਮੇਲਾ ਉਦੋਂ ਵੀ ਸਿਰ ਦਾ ਕਰਵਾਇਆ ਔਰ ਇਸ ਸਾਲ ਵੀ ਬਾਬੇ ਨੇ ਨੇੜੇ ਹੋ ਕੇ ਸੁਣੀ ਹੈ ਇਸ ਸਾਲ ਵੀ ਮੇਲਾ ਜਿਹੜਾ ਸਿਰੇ ਦਾ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਆਪਾਂ ਧੱਕਦੇ ਨੇ ਜਿਹੜਾ ਖੇਡਿਆ ਜਾ ਰਿਹਾ ਹੈ ਸੁਰਜੀਤ ਸਿੰਘ ਸੰਧੂ ਸਾਡਾ ਭਰਾ ਹੈ ਜ਼ਿੰਦਗੀ ਦਾ ਪਰਮ ਪਿਆਰਾ ਵੀਰ ਹੈ ਜਿਹਦੀ ਆਈਡੀ ਤੋਂ ਕਹਿੰਦੇ ਤੀਜੇ ਦਿਨ ਤੱਕ ਅੱਜ ਗੇਮ ਪਹੁੰਚ ਚੁੱਕੀ ਹੈ ਕ੍ਰਿਕਟ ਟੂਰਨਾਮੈਂਟ ਜਿਹੜਾ ਲਾਈਵ ਦਿਖਾਇਆ ਜਾ ਰਿਹਾ ਵੱਡੇ ਪੇਜ ਦੀ ਵੱਡੀਆਂ ਗੱਲਾਂ ਪਰ ਸੰਗਰੂਰ ਵਾਲਾ ਕੰਪਿਊਟਰ ਵੀ ਆ ਬੈਠਾ ਲਓ ਸਾਹਮਣੇ ਕਹਿੰਦੇ ਆ ਖਿਡਾਰੀ ਨੇ ਵੀ ਸਰਾ ਕਰਵਾਇਆ ਹੋਇਆ ਮੇਰੀ ਵੀਰ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਆਓ ਮੇਰੇ ਖਿਆਲ ਨਾਲ ਬਾਲ ਮਾਰੇ ਆ ਸਾਹਮਣੇ ਕਹਿੰਦੇ ਮੁੰਡੇ ਦੀ ਟਰਾਈ ਬਾਈ ਤਾੜੀ ਜ਼ੋਰਦਾਰ ਬਣਦੀ ਆ ਜਾਂ ਨਹੀਂ ਆਓ ਕਹਿੰਦੇ ਧੱਕ ਪੈਂਦੇ ਆ ਤਾੜੀ ਵਾਲਿਆ ਕਿਸੇ ਗੱਲ ਕਰਕੇ ਤੈਨੂੰ ਵੀ ਸੁਣਦੇ ਆ ਪਰ ਗਾਹੀ ਭਾਣੀ ਵਾਲੇ ਮੁੰਡੇ ਵੀ ਫਿੱਟ ਜਾਪਦੇ ਆ ਫਿੱਟ ਜਾਪਦੇ ਆ ਨੀਕੂ ਦਾ ਸਾਡੇ ਵੀਰ ਦਾ ਗਾਹੀ ਭਾਣੀ ਵਾਲੇ ਦਾ ਧੰਨਵਾਦ ਕਹਿੰਦਾ ਵੀ ਬਾਣੀ ਵਾਲੇ ਸਾਡੇ ਇੱਕ ਬੰਦੇ ਕੋਲ ਵਰਤੀ ਨਹੀਂ ਹੈਗੀ ਹੁਣ ਪ੍ਰਬੰਧਕ ਕਮੇਟੀ ਕਹਿੰਦੀ ਆ ਵੀ ਰੂਲ ਤੇ ਰੂਲ ਹੈ ਅਪੈਰ ਸਾਹਿਬ ਨੋਟ ਕਰਿਓ ਛੇਵਾਂ ਸੱਤਵਾਂ ਤੇ ਅੱਠਵਾਂ ਓਵਰ ਜਿਹੜਾ ਪੰਜ ਪੰਜ ਵਾਲਾਂ ਦਾ ਖੇਡੇਗੀ ਗਾਹੀ ਭਾਣੀ ਜਿਹੜੀ ਛੇਵਾਂ ਸੱਤਵਾਂ ਤੇ ਅੱਠਵਾਂ ਓਵਰ ਪੰਜ ਪੰਜ ਵਾਲਾਂ ਦਾ ਜਿਹੜਾ ਓਵਰ ਖੇਡੇਗੀ ਇਹ ਨੋਟ ਕਰ ਲਿਓ ਲੱਗੀ ਜਿਹੜੇ ਜਿਹੜਾ ਪੋਸਟ ਪਾ ਦੀ ਵਰਦੀ ਪੂਰੀ ਨਾ ਹੋਣ ਕਾਰਨ ਤਿੰਨ ਵਾਲਾਂ ਦੀ ਜਿਹੜੀ ਗਰੰਟੀ ਆ ਲੱਗੀ ਆ ਗਾਹੀ ਭਾਣੀ ਦੀ ਟੀਮ ਨੂੰ ਇਹ ਸਭ ਲਈ ਇੱਕੋ ਹੀ ਆ ਜੀ ਨੋਟ ਕਰ ਲਿਓ ਸਾਰੀਆਂ ਟੀਮਾਂ ਨੂੰ ਇੱਕੋ ਹੀ ਆ ਇੱਥੇ ਸਹਿਮਤੀ ਆ ਸਾਡੇ ਵੀਰ ਦੀ ਜਿਹੜੇ ਪਹਿਲਾਂ ਦੱਸਦਾ ਇਹ ਰੌਲਾ ਪੈ ਜਾਣਾ ਸੀ ਰਾਤ ਨਿੱਕੂ ਦਾ ਫੋਨ ਆਇਆ ਕਹਿੰਦਾ ਭਾਈ ਅੱਜ ਸਾਡੀ ਟੀਮ ਲਈ ਕਹਿੰਦਾ ਤਾੜੀ ਬਣਦੇ ਕਾਕੇ ਦੇ ਖੇਲਣਾ ਲਓ ਕਹਿੰਦੇ ਨਾਲ ਪਰਬੀ ਦਾ ਜੋਤੀ ਖੇਡੇਗਾ ਗੱਲਾਂ ਦੂਰ ਦੁਰਾਡੇ ਹੋਈਆਂ ਲਓ ਮੁੰਡਾ ਬਾਲ ਬੋਲੀ ਸੁੱਖਾ ਬਣੇਗਾ ਸਾਹਮਣੇ ਜੋਤੀ ਹੈਗਾ ਸਟਾਰਟੀ ਚੱਕੋ ਬੈਗ ਦੇ ਘਰ ਵਾਲੇ ਤੁੰਗ ਪਰਿਵਾਰ ਦਾ ਮੇਰੀ ਵੀਰੇ ਪ੍ਰੋਫੈਸਰ ਸੁੱਖਾ ਤੁੰਗ ਅਗਲੇ ਓਵਰ ਦੀ ਸ਼ੁਰੂਆਤ ਕਰਨ ਲਈ ਕਹਿੰਦੇ ਤਿਆਰੀ ਦੇ ਵਿੱਚ ਹੈ ਖੇਡ ਮੈਦਾਨ ਦੇ ਵਿੱਚ ਲਾਸਟ ਦੇ ਵਿੱਚ ਇਸੇ ਕੱਪ ਦੇ ਕਹਿੰਦੇ ਭਾਊ ਮੈਨੂੰ ਵਾਲੀ ਹੈ ਉਹ ਵੀ ਜਿਹੜੀਆਂ ਬਾਤਾਂ ਪਾਵੇਗਾ ਔਰ ਕੁਝ ਸੱਚੀਆਂ ਤੇ ਕੁਝ ਕਹਿੰਦੇ ਗਹਿਰੀਆਂ ਗੱਲਾਂ ਜਿਹੜੀਆਂ ਕਰੇਗਾ ਭਾਊ ਮਹਿਮੂ ਵਾਲੀਆਂ ਵੀ ਇਸ ਕੱਪ ਦੇ ਨਾਲ ਐਨ ਪ੍ਰਬੰਧਕ ਕਮੇਟੀ ਨੇ ਦੱਸਿਆ ਵੀ ਉਹ ਵੀ ਇਸ ਕੱਪ ਦੇ ਨਾਲ ਜੁੜਨਗੇ ਔਰ ਬਾਤਾਂ ਜਿਹੜੀਆਂ ਰਲ ਮਿਲ ਕੇ ਪਾਉਣਗੇ ਬਹੁਤ ਬੜਾ ਧੰਨਵਾਦ ਦੋ ਬਾਲ ਦੇ ਨਾਲ ਪਿੱਛੇ ਇੱਕ ਰਨ ਆ ਗਿਆ ਦੋ ਬਾਲ ਪਲੱਸ ਪਿੱਛੇ ਇੱਕ ਰਨ ਕੁੱਲ ਲਾ ਕੇ ਦੋ ਰਨ ਬਿਨਾਂ ਬਾਲ ਤੋਂ ਲਵੀ ਦਿਨ ਵੇਲੇ ਆ ਗਏ ਹੈ ਹੁਣ ਬਾਲ ਫਰੀ ਹੋਵੇਗੀ ਬਾਲ ਬੋਲਦੇ ਕਿਹਦੇ ਫਿਰ ਸੁੱਖਾ ਤਿਆਰੀ ਦੇ ਵਿੱਚ ਹੈ ਲਾੜਪੁਰ ਵਾਲਾ ਕਹਿੰਦੇ ਦੁਨੀਆ ਦਾ ਵੱਡਾ ਵਾਲਾ ਜਿੱਥੋਂ ਜਾਇਆ ਲਓ ਕਹਿੰਦੇ ਸੁੱਖੇ ਦੀ ਬਾਲ ਤੇ ਬਰਬੀ ਵਾਲਾ ਉਹ ਬਰਬੀ ਵਾਲਾ ਉਹ ਬਰਬੀ ਵਾਲਾ
ਤਿੰਨ ਓਵਰ ਕਿੰਨੇ ਸਕੋਰ ਹੋ ਗਈ ਬਿਆਲੀ ਸਕੋਰ ਹੋ ਗਏ ਜੀ ਬਿਆਲੀ ਛੋਟਾ ਨੀਲਾ ਆ ਗਿਆ ਛੋਟਾ ਨੀਲਾ
ਜਿਹਨੇ ਹੁਣ ਬਾਲ ਪਾ ਦਿੱਤੀ ਹੈ। ਇਹਦਾ ਕਹਿੰਦੇ ਜੱਗਾ ਨਾਮ ਹੈ ਮੇਰੇ ਵੀਰੋ, ਇਹਦਾ ਕਹਿੰਦੇ ਜੱਗਾ ਨਾਮ ਹੈ। ਔਰ ਜੱਗਾ ਕਹਿੰਦੇ ਬਾਲ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਪਰ ਐਕਸਟਰਾ ਤੇ ਲੱਗੀ ਨਵਦੀਪ ਕੰਟਰੋਲ ਕਰਨਾ ਪੈਣਾ, ਜਿਵੇਂ ਤਾਂ ਐਕਸਟਰਾ ਵਜਨ ਜਿਹੜਾ ਕੰਟਰੋਲ ਕੀਤਾ ਨਾ ਹਰ ਬੰਦੇ ਪ੍ਰੋਟੈਕਟਰ ਦੇ ਨਾਲ, ਇਹਨੂੰ ਵੀ ਉਦਾਂ ਹੀ ਕਹਿਣਾ ਪੈਣਾ ਵੀ ਕੰਟਰੋਲ ਕਰਨਾ ਪੈਣਾ। ਪਰ ਜੋ ਕਹਿੰਦੇ ਐਨ ਪ੍ਰਦੀਪ ਪਿਆਰ ਦੇ ਨਾਲ ਕਹਿੰਦੇ ਗੋਲੂ ਗੋਲੂ ਆ ਕੇ ਦਿੰਦੇ ਆ ਦੁਨੀਆਂ, ਪਰ ਪ੍ਰਦੀਪ ਨਾਮ ਕਹਿੰਦੇ ਮਾਪਿਆਂ ਨੇ ਰੱਖਿਆ ਕਰਾਲੀ ਦਾ ਮੇਰੇ ਵੀਰੋ। ਇਹ ਆ ਕਹਿੰਦੇ ਮੇਰੇ ਵੀਰੇ ਪ੍ਰਦੀਪ ਅਠੀ ਭੈਣੀ ਵਾਲਾ, ਜਿਹਨੇ ਇੱਕ ਨਾਮ ਦੀ ਜਿੰਦਗੀ ਜੋੜ ਦਿੱਤਾ ਹੈ। ਅਟਾਰੀ ਵਾਲਾ ਕਹਿੰਦੇ ਕਾਕਾ ਆ ਗਿਆ ਮੇਰੇ ਵੀਰੋ, ਅਟਾਰੀ ਵਾਲਾ ਕਹਿੰਦੇ ਕਾਕਾ ਆ ਗਿਆ, ਜਿਹਨੇ ਹੁਣ ਬਾਤ ਦਾ ਸੋਹਣਾ ਕਰਨਾ। ਲਾਓ ਸੋਹਣੀ ਬਾਲ, ਸੋਹਣਾ ਸ਼ਾਟ, ਸੋਹਣੀ ਫੀਲਡਿੰਗ, ਔਰ ਸੋਹਣਾ ਜਿਹੜਾ ਖਿਲਾੜੀ ਨੇ ਕਹਿੰਦੇ ਜੋੜ ਦਿੱਤਾ ਹੈ। ਜੱਗਾ ਫੇਰ ਬਾਲ ਲੈਂਦੀ ਸੋਹਣੀ ਪਾ ਰਿਹਾ, ਲਾਓ ਕਹਿੰਦੇ ਜੱਗਾ ਬਾਲ ਪਾ ਰਿਹਾ। ਸਾਹਮਣੇ ਕੌਰ ਗਾਹੀ ਭਾਜੀ ਵਾਲਾ ਵਿਗੜ ਤੇ ਖੜ ਗਿਆ ਕਿ ਜੱਗਾ ਜੰਮਿਆ ਦਾ ਮੇਰੇ ਨਾਲ ਵਧਾਈਆ, ਓਏ ਪੱਟਾ ਹੋਇਆ ਕ੍ਰਿਕਟ ਖੇਡਦਾ। ਲਾਓ ਕਹਿੰਦੇ ਜੱਗੇ ਦੀ ਵਾਲ ਤੇ ਗਾਹੀ ਭਾਜੀ ਵਾਲਾ ਟਰਾਈ ਕਰਦਾ ਸਕੋਰ ਜਿਹੜਾ ਇੱਕ 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 ਜੁੜ ਗਿਆ ਜੀ, ਜੁੜ ਗਿਆ ਇੱਕ ਲੱਗ ਗਈ ਪਿੱਛੇ ਦਾ ਸਕੋਰ ਆ ਗਿਆ। ਜ਼ਰੂਰ ਧਿਆਨ ਦਿਓ ਦੋਨੋਂ ਟੀਮਾਂ, ਜੇ ਪਿੱਛੇ ਲੱਗ ਗਿਆ ਤਾਂ ਇੱਕ ਸਕੋਰ ਹੋ ਜਾਣਾ, ਪੈਰ ਦਾ ਫੈਸਲਾ ਅਟਲ ਹੋਵੇਗਾ। ਲਓ ਫੇਰ ਜੱਗਾ ਬਾਲ ਭਰਿਆ ਬਾਈ ਹੋਏ, ਫਿਰ ਜੱਗਾ ਬਾਲ ਭਰਿਆ। ਲਓ ਜੱਗਾ ਕਹਿੰਦੇ ਬਾਲ ਫੇਰ ਭਾ ਰਿਹਾ ਖੇਡ ਮੈਦਾਨ ਦੇ ਵਿੱਚ, ਮੇਰੀ ਵੀ ਜੋ ਜੱਗਾ ਬਾਲ ਫੇਰ ਭਾ ਰਿਹਾ। ਔਰ ਸਾਹਮਣੇ ਮੈਂ ਤੱਕਦਾ ਵੀ ਮੁੰਡਾ ਰਣ ਜਿਹੜੇ ਚਾਰ ਆਪਦੀ ਟੀਮ ਦੀ ਜੋੜਦਾ ਹੋਇਆ, ਰਣ ਜਿਹੜੇ ਚਾਰ ਆਪਦੀ ਟੀਮ ਦੀ ਜੋੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਮੇਰੀ ਵੀ ਜੋ। ਇਹ ਕਹਿੰਦੇ ਪ੍ਰਦੀਪ ਪ੍ਰਦੀਪ ਰਣ ਜਿਹੜੇ ਚਾਰ ਆਪਦੀ ਟੀਮ ਦੀ ਜੋੜਦਾ ਹੋਇਆ ਮੇਰੀ ਵੀ ਜੋ। ਅਗਲੀ ਬਾਲ ਮੁੰਡਾ ਫਿਰ ਭਾਵੇਗਾ, ਅਗਲੀ ਬਾਲ ਮੁੰਡਾ ਫਿਰ ਪਾਉਣ ਦੇ ਲਈ ਕਹਿੰਦੇ ਜੱਗਾ ਤਿਆਰੀ ਦੇ ਵਿੱਚ ਆ ਮੇਰੀ ਵੀ। ਉਹ ਕਹਿੰਦੇ ਜੱਗਾ ਬਾਲ ਫਿਰ ਭਾਵੇਗਾ। ਸਾਹਮਣੇ ਕਹਿੰਦੇ ਦੁਨੀਆਂ ਦਾ ਮਹਾਨ ਬਣ ਬੈਠਾ ਜੀ ਕਾਸਕੋ ਦੀ ਖੇਡਦਾ, ਚਾਹਦੇ ਮੈਂ ਤਾਂ ਸੁਪਰ ਸਟਾਰ ਪਲੇਅਰ ਹੈ। ਅੱਜ ਕਹਿੰਦੇ ਕਈਆਂ ਨੇ ਵੱਡੇ ਇੱਜਣ ਕਰਦੇ ਹੋਣਾ, ਕਈਆਂ ਨੇ ਕਰਾ ਕੇ ਜਾਣੇ ਆ, ਇਹ ਗੱਲਾਂ ਦੂਰ ਦੁਰਾਡੇ ਹੋਣੀਆਂ, ਪਰ ਪੰਬਿਆਂ ਦਾ ਜਗਨ ਵੀ ਭੁੱਜਿਆ। ਲਓ ਜੱਗੇ ਦੀ ਵਾਲ ਤੇ ਮੁੰਡਾ ਟਰਾਈ ਕਰਦਾ ਤੇ ਰਣ ਫੇਰ ਇੱਕ ਹੋ ਗਿਆ। ਲਓ ਇੱਕ ਰਨ ਦਾ ਵਾਅਦਾ ਫੇਰ ਕਰ ਦਿੱਤਾ ਰਾਮਾ ਮਾਨਕੀ ਦਾ ਵੀ, ਸਾਡਾ ਵੀਰ ਸਾਡੇ ਦਰਮਿਆਨ ਆ ਗਿਆ, ਬਹੁਤ ਬੜਾ ਧੰਨਵਾਦ ਰੋਦਾਨੀ ਸੁਜਣਾ ਵੀ ਕਹਿੰਦੇ ਇੱਕ ਵਾਰ ਫੇਰ ਮੈਂ ਧੰਨਵਾਦ ਕਰਦਾ ਹੈ। ਐਨ ਕੁਲਦੀਪ ਸਿੰਘ ਜੀ ਢਿੱਲੋਂ, ਜਿਮੀ ਸਰਪੰਚ ਜੀ ਹੋਣੀ, ਪਰਮਿੰਦਰ ਸਿੰਘ ਜੀ, ਸੁਖਦੇਵ ਸਿੰਘ ਜੀ, ਗੁਰਦੇਵ ਸਿੰਘ ਜੀ, ਪਰਮਿੰਦਰ ਸਿੰਘ, ਪਿੰਕੀ, ਮੇਵਾ ਸਿੰਘ ਜੀ ਹਾੜੀਆਂ, ਦੀਸ਼ਾ ਹਾੜੀਆਂ, ਅਮਰ ਸਿੰਘ ਜੀ, ਬਲਦੇਵ ਸਿੰਘ ਜੀ ਸੋਹਤਾ ਹੈ, ਔਰ ਰਜਿੰਦਰ ਸਿੰਘ ਜੀ ਸੋਹਤਾ ਹੈ। ਇਹਨਾਂ ਸੱਜਣ ਦਾ ਬਹੁਤ ਬੜਾ ਧੰਨਵਾਦ ਹੈ ਜਿਹਨਾਂ ਨੇ ਵੱਡਾ ਯੋਗਦਾਨ ਜਿਹੜਾ ਸਕਿੱਟ ਵੇਲੇ ਦਿੱਤਾ ਹੈ। ਇਹਨੀ ਕਮਾਵਣ ਅਕਵੰਜਾ ਹੋ ਗਏ ਜੀ, 51 ਹੋ ਗਏ ਆ, 51 ਸਕੋਰ ਹੋ ਗਏ ਜਿਹੜੇ ਸਕੋਰ ਕਾਰਦੇ। ਲਓ ਹੁਣ ਪਿੱਟਾ ਪੈ ਗਈ ਕਿਸਤਾ ਕਿਹਦੇ ਉੱਪਰ ਪਾਉਣਾ। ਲਓ ਬਾਲ ਬੋਲੀ ਫਿਰ 4 ਓਵਰ 51 ਰਨ ਹੋ ਗਏ ਜੀ, 4 ਓਵਰ ਸਮਾਪਤ, 51 ਸਕੋਰ ਹੋ ਗਿਆ, ਰਹਿ ਗਏ 4 ਉਰੇ। 117 ਚੇਂਜ ਹੋ ਗਏ ਸੀਗੇ, 117 ਚੇਂਜ ਹੋ ਗਏ ਸੀਗੇ, ਉਹ ਨੰਗਾ ਵਾਲੇ ਕਾਕੇ ਨੇ ਕਰੇ ਸੀਗੇ। ਮਾਰੂ ਦਾ ਜੀ ਵੀ ਕਹਿੰਦੇ ਫਾਟੀ ਅਫਰਾਂ ਦਾ ਪਾਰ ਕੀਤਾ ਹੈ ਜਿਹੜੇ ਨਗਰ ਦੇ ਮੇਰੇ ਵੀਰੋ, ਨਾਲ ਸੁੱਖਾ ਤੁੰਗ ਪਰਿਵਾਰ ਦਾ ਹੈ। ਬਾਲ ਪਾਉਣ ਦੇ ਲਈ ਫੇਰ ਜਿਹੜਾ ਉਹ ਅੱਗੇ ਬਾਲ ਭਜਿਆ ਹੋਇਆ ਹਰਬੰਸ ਸਿੰਘ ਜੀ, ਔਰ ਰਮੇਸ਼ ਕੁਮਾਰ ਟਿੰਡਾ ਸਾਹਿਬ, ਸਰਦਾਰ ਗੁਰਜਿੰਦਰ ਸਿੰਘ ਜੀ ਖੋਗੀ, ਬਹੁਤ ਬੜਾ ਧੰਨਵਾਦ ਹੈ। ਔਰ ਪ੍ਰਕਾਸ਼ ਰਾਮ ਜੀ, ਸਰਦਾਰ ਧਰਮਪਾਲ ਜੀ ਹਾੜੀਆਂ, ਰਣਜੀਤ ਸਿੰਘ ਜੀ ਹਾੜੀਆਂ, ਨਿਰਮਲ ਸਿੰਘ ਜੀ, ਗੁਰਜੋਤ ਸਿੰਘ ਜੀ, ਸਰਦਾਰ ਗੁਰਚਰਨ ਸਿੰਘ ਜੀ, ਔਰ ਰਿੱਧੀ ਪਹਾੜਾ, ਡਾਕਟਰ ਮਨਦੀਪ ਵਰਮਾ, ਇਹਨਾਂ ਸੱਜਣਾਂ ਦੀ ਧੰਨਵਾਦ ਹੈ। ਕਦੀ ਸਰੀ ਭਮਾ ਵਾਲਿਆ ਮੁੰਡਾ ਫਿਰ ਬਾਲ ਪਾ ਰਿਹਾ, ਮੁੰਡਾ ਫਿਰ ਬਾਲ ਪਾ ਰਿਹਾ, ਭਾਈ ਟਾਰੀ ਵਾਲੇ ਨੇ ਕੰਮ ਸ਼ੁਰੂ ਕਰਤਾ, ਕੰਮ ਸ਼ੁਰੂ ਕਰਤਾ, ਲੁਧਿਆਣੇ ਕੱਪ ਹੋਇਆ ਲੈਦਰ ਦਾ, ਤਾਂ ਅਟਾਰੀ ਵਾਲੇ ਨੇ ਦੀਪਕ ਬਸ ਨੂੰ 5 ਚੌਕੇ ਮਾਰੇ, ਪਹਿਲੀਆਂ 5 ਤੋਂ ਦੁਨੀਆਂ ਦੀ ਚੱਲਦੀ ਸੀ ਮੁੰਡੇ ਨੇ। ਇਹ ਜਿਹੜਾ ਰਾਂਝੀ ਦਾ ਵੱਡਾ ਸਟਾਰ ਹੈ, ਦੁਨੀਆਂ ਜਾਣਦੀ ਆ ਕਹਿੰਦੇ ਦੀਪਕ ਬਸਲ ਨੂੰ, ਪਰ ਮੁੰਡੇ ਨੇ 5 ਚੌਕੇ ਪਹਿਲੀਆਂ ਦੇ ਮਾਰ ਕੇ ਐਨ ਦੁਨੀਆਂ ਦੀ ਚੱਲਦੀ ਸੀ। ਉਹ ਸੁੱਖਾ ਬਾਲ ਫਿਰ ਮਾਰਿਆ, ਉਹ ਅਟਾਰੀ ਵਾਲਿਆ ਬਾਣੀ ਸੁਰ ਤੋਂ ਲੰਘਦਾ ਜਾਂਦਾ, ਬਾਣੀ ਸੁਰ ਤੋਂ ਲੰਘਦਾ ਜਾਂਦਾ। ਉਹ ਮੁੰਡਾ ਕਮਾਲ ਕਰ ਗਿਆ, ਰਣ ਜਿਹੜਾ ਇੱਕ ਫੇਰ ਖਿਡਾਰੀ ਨੇ ਕਹਿੰਦੇ ਜੋੜ ਦਿੱਤਾ ਹੈ। ਉਧਰੋਂ ਦੇਸ਼ ਰਾਜ ਜੀ, ਗੋਲਡੀ ਜੀ, ਸਾਡੇ ਵੀਰਾਂ ਵੱਡੇ ਗੁਰਬਾਜ ਕੁਹਾੜਾ,
ਹੈਪੀ ਕੁਹਾੜਾ ਹੈ ਲਖਵੀਰ ਸਿੰਘ ਜੀ, ਜਸਵਿੰਦਰ ਸਿੰਘ ਜੀ, ਮਨਪ੍ਰੀਤ ਸਿੰਘ ਜੀ ਜੋੜੀ ਹੋਣੀ, ਬਚਿੰਦਰ ਸਿੰਘ ਜੀ, ਪਰਗਟ ਸਿੰਘ ਜੀ, ਜੋਤ ਤਕੜਾ, ਇਹਨਾਂ ਭਰਾਵਾਂ ਦਾ ਵੀ ਕਹਿੰਦੇ ਵੱਡਾ ਧੰਨਵਾਦ ਹੈ ਜਿਹਨਾਂ ਦੇ ਵੱਡੇ ਜੋਗਰਾਂ ਨੇ ਸਕਿੱਟ ਵੇਚਣੀ ਲਾਓ, ਕਹਿੰਦੇ ਸੁੱਖੀ ਦੀ ਬਾਲ ਤੇ ਕਹਿੰਦੇ ਕੋਲੂ ਦੇ ਰਣ ਜਿਹੜੇ ਫੇਰ ਇਹ ਕਹਿੰਦੇ ਪਾਧੇ ਆਦਿ ਟਿੱਪਣੀ ਕਰ ਦਿੱਤੇ ਹੈ, ਇਹ ਕਿਹਨਾਂ ਦਾ ਪਾਧਾ ਜਿਹੜਾ ਹੈ ਆਦਿ ਟਿੱਪਣੀ ਕਰ ਦਿੱਤਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਜੀ ਲਾਓ, ਕਹਿੰਦੇ ਕਿਹਨਾਂ ਦਾ ਪਾਧਾ ਕਰਦਾ ਪੁੱਟੇ ਨੇ ਆਪਣੀ ਟੀਮ ਦੇ ਲਈ, ਲਾਓ ਕਹਿੰਦੇ ਬਾਲ ਫਿਰ ਸੁੱਖੀ ਦੀ ਪੈ ਰਹੀ ਹੈ ਅਟਾਰੀ ਵਾਲਿਆ, ਆਹ ਬਾਲ ਤੇ ਖੜਕਾ ਦੜਕਾ ਆਉਣਾ ਚਾਹੀਦਾ, ਆਹ ਬਾਲ ਤੇ ਖੜਕਾ ਦੜਕਾ ਹੋਣਾ ਚਾਹੀਦਾ, ਸੇਵੀ ਬਾਲ ਕਹਿੰਦੇ ਸੁੱਕੇ ਨੇ ਭਾ ਦਿੱਤੀ ਹੈ, ਪਰ ਸਿਰੇ ਦੀ ਬਾਲ ਕਹਿੰਦੇ ਸੁੱਕੇ ਨੇ ਭਾ ਦਿੱਤੀ ਹੈ। ਸੋਹਣ ਸਿੰਘ ਜੀ, ਨੰਦ ਸਰੂਪ, ਡਾਕਟਰ ਰਾਹੁਲ ਜੀ, ਰਣਜੀਤ ਸਿੰਘ ਜੀ, ਸਾਡੇ ਪਤੰਜਲੀ ਵਾਲੇ ਬਹੁਤ ਬੜਾ ਧੰਨਵਾਦ ਹੈ, ਡਾਕਟਰ ਸ਼ਰਨਜੀਤ ਜੀ, ਸੁਨੀਲ ਡੋਗਰਾ ਸਾਹਿਬ, ਰਣਜੀਤ ਸਿੰਘ ਜੀ, ਬਲਦੇਵ ਸ਼ੁਕਲਾ ਜੀ, ਬਲਦੇਵ ਤੱਕੀ, ਰਮੇਸ਼ ਕੁਮਾਰ, ਨਿਮਰਤ ਕੌਰ ਸਾਡੇ ਪੁੱਤਰ ਦਾ, ਸਾਰੇ ਦਾ ਸੱਜਣ ਦਾ ਧੰਨਵਾਦ ਹੈ। ਇਹਦੀ ਭਾਵਨਾ ਹੈ ਜੱਗਾ ਫਿਰ ਆ ਗਿਆ, ਤੁਸੀਂ ਬੋਲ ਕਿੰਨਿਆਂ ਹੋ ਗਏ ਜੀ, ਨਾਟ ਹੋ ਗਿਆ ਉਹ ਮੁੰਡਾ ਜੱਗਾ, ਕਹਿੰਦੇ ਬਾਲ ਬਾਲ ਹੀ ਵਧੇਗਾ ਸਾਹਮਣੇ ਅਟਾਰੀ ਵਾਲਾ ਜਾਂ ਕੌਣ ਵਿਗੜਦੇ ਖੜੇਗਾ। ਰਮੇਸ਼ ਕੁਮਾਰ ਜੀ ਸਾਡੇ ਚਾਚਾ ਜੀ ਨੇ, ਫੋਟੋ ਏਦਾਂ ਲੱਗਦੇ ਜਿਵੇਂ 17-18 ਸਾਲ ਦਾ ਨਾ ਕੋਈ ਐਨ ਮੁੰਡਾ ਜਿਹਾ ਹੋਵੇ, ਐਨ ਸਾਡੇ ਚਾਚਾ ਜੀ ਦਾ ਧੰਨਵਾਦ ਹੈ ਯਾਰ, ਵੀ ਟਿੱਪੀ ਦੇ ਨਾਲ ਹੈ ਔਰ ਐਨ ਵੱਡਾ ਯੋਗਦਾਨ ਜਿਸ ਖੇਡ ਮੇਲੇ ਦੇ ਨਾਲ ਹੈ, ਬਹੁਤ ਬੜਾ ਧੰਨਵਾਦ ਹੈ। ਆਹ ਅਗਲਾ ਵੀ ਕਹਿੰਦੇ ਜੱਗਾ ਮਾਰਿਆ ਹੈ, ਉਧਰੋਂ ਰਜੇਸ਼ ਕੁਹਾੜਾ ਹੈ, ਲੱਗੀ ਕੁਹਾੜਾ ਹੈ, ਮਿੱਠੂ ਸਾਧੇ ਵਾਲ, ਹਰਵਿੰਦਰ ਸਿੰਘ ਕਾਲੇ ਦਾ ਸਾਡੇ ਵੀਰ ਦਾ ਧੰਨਵਾਦ ਹੈ, ਇੱਧਰ ਜੀਤ ਸਿੰਘ, ਇੰਨੀ ਮਾਛੀ ਵਾਲਾ ਸਾਹਿਬ ਵੱਡਾ ਕਹਿੰਦੇ ਸਪੋਂਸਰ, ਕਿਹੜੇ ਸਪੋਂਸਰ, ਔਰ ਚੰਜੇ ਬਾਲੀ ਜੀ, ਅਸ਼ੋਕ ਕੁਮਾਰ, ਮਦਨ ਲਾਲ ਜੀ, ਰੂੜਾ ਸਿੰਘ ਜੀ, ਹਰਦੀਪ ਸਿੰਘ ਜੀ, ਉਹਨਾਂ ਦਾ ਸਾਰੇ ਵੀਰਾਂ ਦਾ ਜਿਹੜਾ ਬਹੁਤ ਬੜਾ ਧੰਨਵਾਦ ਹੈ। ਲਓ ਅਗਲੀ ਬਾਤ ਤੇ ਭਾਵਾ ਬੜਾ ਫੇਰ ਗੱਲ ਕਰਦਾ, ਉਹ ਮੁੰਡਾ ਕਹਿੰਦੇ ਜੱਗਾ ਬਾਲ ਬਾਲੀ ਵੀਰਾ ਟਾੜੀ ਵਾਲਿਆ ਫਿਰ ਤਿਆਰੀ ਢਾਈ ਨਾ, ਉਹ ਮੁੰਡੇ ਦੇ ਟਰਾਈ ਤੇ ਕਰੀਆ ਰਾਤ ਇੱਕ ਦੋ ਦੋਸ਼ ਗੋਲ ਜੁੜ ਗਿਆ ਖੇਡ ਦੇ ਮੈਦਾਨ ਵਿੱਚ, ਲਾਓ ਕਹਿੰਦੇ ਜੱਗੇ ਦੀ ਬਾਲ ਪੈਣ ਲੱਗੀ ਆ, ਦੋ ਬਾਲ ਤਿਆਰੀ ਕਰ ਲੈ, ਜੇ ਉੱਟੀ ਕੀ ਹੋ ਗਈ ਮੇਰੇ ਖੰਡਾ ਨੀ ਆਉਣ ਜਾਣਾ, ਰਾਹ ਵੀ ਮੇਰੇ ਖਿਆਲ ਨਾਲ ਬੜਾ ਟੁੱਟਿਆ ਹੋਇਆ, ਨਵਦੀਪ ਇਹਨੂੰ ਕਹਿ ਦੇ ਬਾਲ ਬਚ ਗਏ ਭਾਈ ਉਹਨੇ ਦੀ ਸੁਖਾ ਜਾਪਣੀ, ਆਪਾਂ ਧੰਨਵਾਦ ਕਰਾਂਗੇ ਸਾਡੇ ਇੰਨਾ ਦੇ ਭਰਾਵਾਂ ਦਾ, ਬਹੁਤ ਵੱਡਾ ਧੰਨਵਾਦ ਜਿਨ੍ਹਾਂ ਨੇ ਸਾਡੇ ਕ੍ਰਿਕਟ ਕੱਪ ਨੂੰ ਵੱਡਾ ਸਹਿਯੋਗ ਦਿੱਤਾ, ਬਾਬੀ ਸੋਹਣਾ ਸਾਡੇ ਭਰਾ ਜ਼ਿੰਦਗੀ ਦਾ ਮਾਣ ਹੈ, ਪ੍ਰਗਟ ਢਿੱਲੋਂ ਚਸੂ ਕਨੇਡਾ, ਐਨ ਸਾਡੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ, ਬਹੁਤੂ ਆਸਟ੍ਰੇਲੀਆ ਸਾਡਾ ਭਰਾ ਹੈ ਧਾੜੇ ਵਾਲਾ ਜਿਹਦਾ ਵੱਡਾ ਦੇਣਾ, ਲਓ ਲਾੜਪੁਰ ਵਾਲਾ ਗੱਗੀ ਵਾਲ ਮਾਰਿਆ, ਜ਼ਰੂਰ ਧਿਆਨ ਦੇਣਾ ਪੈਰ ਅਟਾਰੀ ਬਣਵਾ ਕਾਕਾ ਜੋੜ ਗਿਆ, ਜੰਮੂ ਵਾਲਾ ਵੀ ਆ ਗਿਆ, ਸਾਈਬਰ ਵੀ ਗਿਆ ਜਿਹਨੇ
ਕਹਿੰਦੇ ਮੇਰੇ ਕੋਲ ਟਾਈਮ ਤੇ ਜਿਹਨੂੰ ਐਮਰਜੈਂਸੀ ਕੰਮ ਪੈ ਗਿਆ ਸੀ ਆ ਕਹਿੰਦੇ ਸਾਈਮਨ ਵੀ ਗਿਆ ਪਰ ਗੱਲਾਂ ਟਿਕਾਣੇ ਹੈ ਆਓ ਅਗਲੀ ਵਾਰ ਤੇ ਕਹਿੰਦੇ ਗੋਲੂ ਪ੍ਰਦੀਪ ਕਿਸੇ ਗੱਲ ਕਰ ਕੀ ਸੁਣਿਆ ਕਿਸੇ ਗੱਲ ਕਰ ਕੀ ਸੁਣਿਆ ਕਹਿੰਦੇ ਮੁੰਡੇ ਨੇ ਕਮਾਲ ਕਰ ਦਿਆ ਲਾੜਪੁਰ ਵਾਲੇ ਨੇ ਜਦੋਂ ਦੌੜੂ ਤੇ ਫੀਤਾ ਪਾਈਏ ਨਾ ਇੰਚੀ ਟੇਪ ਮਾਰੀਏ ਤਾਂ ਇੰਚੀ ਟੇਪ ਮੁੱਕ ਜਾਂਦਾ ਮੇਰੇ ਖਿਆਲ ਉੱਨੀ ਵੀਹ ਇੰਚ ਦਾ ਡੋਲਾ ਹੋਣਾ ਜੀ ਉਹ ਮੁੰਡਾ ਕਹਿੰਦੇ ਕਮਾਲ ਲਾੜਪੁਰ ਵਾਲਾ ਗੱਗੀ ਗਾ ਰਿਹਾ ਪਾਗੜ ਪ੍ਰਕਾਰ ਦਾ ਚਰਾਗ ਹੈ ਸਾਹਮਣੇ ਨਿੱਕੂ ਆ ਗਿਆ ਕਹਿੰਦੇ ਕਾਫੀ ਭੈਣੀ ਵਾਲਾ ਕਹਿੰਦੇ ਨਿੱਕੂ ਆ ਗਿਆ ਮੇਰੇ ਵੀਰੋ ਵੀ ਸ਼ੇਰਾਂ ਨੂੰ ਮੱਥੇ ਪਹਾੜਾਂ ਨੂੰ ਜੱਫੇ ਉਹ ਲਾਉਣਾ ਜਾਣਦੇ ਪੰਜਾਬੀ ਜਿਹੜੇ ਇਰਾਦਿਆਂ ਦੇ ਪੱਕੇ ਵੀ ਜਿਹੜੇ ਕੌਮ ਦੇ ਗਦਾਰ ਉਹਦੇ ਧਰਤੀ ਤੇ ਭਾਰ ਉਹ ਕਈ ਵਾਰ ਬੰਦਿਆਂ ਨੂੰ ਪੈਂਦੇ ਯਾਰੋ ਲਾਉਣਤਾ ਦੇ ਟਾਕੇ ਵੀ ਜਦੋਂ ਲਿਖਦਾ ਇਹ ਜੱਟ ਪੈਂਦੀ ਲੋਹੇ ਉੱਤੇ ਸੱਟ ਆਹ ਰਾਜੇ ਖੇਲੇ ਦੇ ਖਿਆਲ ਉਹਦੇ ਅੱਗ ਨਾਲੋਂ ਤੱਤੇ ਆਹ ਰਾਜੇ ਖੇਲੇ ਦੇ ਖਿਆਲ ਉਹਦੇ ਅੱਗ ਨਾਲੋਂ ਤੱਤੇ ਕਦੀ ਭਰਾ ਰਿਹਾ ਹੈ ਰਾਜਾ ਖੇਲਾ ਵੀ ਜਦੋਂ ਲਿਖਦਾ ਹੈ ਤੇ ਗੱਲਾਂ ਟਿਕਾੜੀ ਲਿਖਦਾ ਹੈ ਵੀ ਐਨ ਗੱਲਾਂ ਟਿਕਾੜੀ ਲਿਖਦਾ ਵੀ ਵੀਰੋ ਔਰ ਗੱਲਾਂ ਟਿਕਾੜੇ ਅਗਲੀ ਵਾਰ ਮੰਗਦਾ ਹੁੰਦਾ ਮੁੰਡਾ ਕਹਿੰਦੇ ਫੇਰ ਭਰਾ ਰਿਹਾ ਲਓ ਕਹਿੰਦੇ ਲਓ ਮੁੰਡਾ ਕਹਿੰਦੇ ਲਾੜਪੁਰ ਦਾ ਗੱਗੀ ਦੁਨੀਆਂ ਦਾ ਵੱਡਾ ਸਟਾਰ ਕਹਿੰਦੇ ਬਾਲ ਮੌਲੀ ਵਧਿਆ ਹੋਇਆ ਲਓ ਨਿੱਕੂ ਨੇ ਟਰਾਈ ਆ ਕਹਿੰਦੇ ਆਪਦੇ ਏਰੀ ਚ ਵੱਡਾ ਕੱਪ ਕਰਵਾਇਆ ਪਰ ਮੁੰਡਿਆਂ ਵਾਲਾ ਤੇ ਚਾਰ ਆਪਦੀ ਟੀਮ ਲਈ ਜੁੜ ਗਿਆ ਉੱਧਰ ਸਮਾਪਤ ਸੱਤ ਓਵਰ 81 ਸਕੋਰ ਹੋ ਗਏ ਜੀ 81 ਅਮੈਰੀਕਾ ਦੇ ਵਿੱਚ ਉਹ ਕਹਿੰਦੇ ਮੇਰੇ ਵੀਰੇ ਹੁਣ ਪਿਛਲੇ ਦਿਨ ਹੀ ਆਇਆ ਇਹ ਸੀਆ ਗੁਰੂ ਕ੍ਰਿਕਟ ਦੇ ਨਾਲ ਡਾਢਾ ਪਿਆਰਾ ਖਿਡਾਰੀ ਦਾ ਅਮੈਰੀਕਾ ਦਾ ਕਹਿੰਦੇ ਮੇਰੇ ਵੀਰੇ ਦਾ ਰਾਸ਼ਨ ਕਾਰਡ ਬਣਿਆ ਹੋਇਆ ਔਰ ਸੀਆ ਗੁਰੂ ਅਗਲੇ ਵੱਡੀ ਸ਼ੁਰੂਆਤ ਕਰਨ ਲਈ ਕਹਿੰਦੇ ਤਿਆਰੀ ਦੇ ਵਿੱਚ ਕਰਨ ਦਾ ਕਹਿੰਦੇ ਵੀਰ ਸਲਾਣੇ ਵਾਲੇ ਕਰਨ ਦਾ ਕਹਿੰਦੇ ਵੀਰ ਹੈ ਔਰ ਸਲਾਣੇ ਵਾਲੇ ਕਰਨ ਦਾ ਵੀ ਕਹਿੰਦੇ ਪਿਆਰ ਐਨ ਢਿਲੋਵੇ ਗੁਰਵਿੰਦਰ ਦੇ ਨਾਲ ਹੈ ਲੈਵਲ ਰੂਪਾ ਗਿਰੀ ਦੇ ਨਾਲ ਹੈ ਔਰ ਉਹ ਵੀ ਗੱਲਾਂ ਟਿਕਾਣੇ ਲਾਉਂਦਾ ਆਹ ਵੀ ਗੱਲਾਂ ਟਿਕਾਣੇ ਲਾਉਂਦਾ ਔਰ ਗੱਲਾਂ ਸਾਰੀ ਕਹਿੰਦੇ ਸਲਾਣੇ ਵਾਲੇ ਯਾਰ ਕਹਿੰਦੇ ਟਿਕਾਣੇ ਲਾਉਂਦੇ ਹੈ ਔਰ ਜਦੋਂ 2021 ਆਉਣਾ ਮੈਂ ਵੀ ਲੈਵਲ ਔਰ ਕਹਿੰਦੇ ਗੱਲਾਂ ਟਿਕਾਣੇ ਲੱਗਣੀ ਹੈ ਗੱਲਾਂ ਕਹਿੰਦੇ ਟਿਕਾਣੇ ਲੱਗਣੀਆਂ ਮਾਨ ਪਟਰਾਲੀ ਸਾਡਾ ਵੀਰ ਉਹਦਾ ਵੀ ਬੜਾ ਧੰਨਵਾਦ ਹੈ ਪਿਛਲੇ ਦਿਨ ਗੁਲਾਮ ਤੇ ਗੱਲਾਂ ਗੀਤ ਆਇਆ ਹੈ ਔਰ ਕਹਿੰਦੇ ਪੂਰਾ ਫਸਲ ਤੇ ਪੂਰਾ ਹਿੱਟ ਹੋਇਆ ਔਰ ਦੁਨੀਆਂ ਦੇ ਵਿੱਚ ਨਾਮ ਚੱਲਿਆ ਕਹਿੰਦੇ ਮਾਨ ਪਟਰਾਲੀ ਦਾ ਬੜਾ ਧੰਨਵਾਦ ਹੈ ਸਾਡੇ ਵੀਰ ਦਾ ਕਹਿੰਦੀ ਮਾਨ ਤੇਰਾ ਵੀ ਧੰਨਵਾਦ ਹੈ ਪਟਰਾਲੀ ਦਾ ਖੜੀ ਕਹਿੰਦੇ ਧੰਨਵਾਦ ਹੈ ਔਰ ਅਗਲੀ ਵਾਰ ਤੇ ਕਾਫੀ ਭੈਣੀ ਵਾਲਾ ਅਗਲਾ ਖਿਡਾਰੀ ਕਹਿੰਦੇ ਆ ਗਿਆ ਲਓ ਕਹਿੰਦੇ ਕਾਫੀ ਵਾਲਾ ਚੁੱਸੂ ਆ ਗਿਆ ਪਰ ਤਾੜੀ ਵਾਲੇ ਆਏ 81 ਸੱਤ ਓਵਰ 81 ਅਟਾਰੀ ਵਾਲਿਆਂ ਦੀ ਉਡੀਕੀ ਵੀ ਧਿਆਨ ਨਾਲ ਮੇਰਾ ਭਰਾ ਸੱਟ ਨਾ ਲੱਗੇ ਜਿੱਦਾਂ ਹੱਸਦੇ ਵੱਜਦੇ ਤੁਸੀਂ ਸਾਡੇ ਕੰਮ ਦੇ ਅਸੀਂ ਚਾਹਿਆ ਲੱਗੇ ਤੁਸੀਂ ਪਰਮਾਤਮਾ ਦੀ ਦੁਆਵਾਂ ਨੇ ਸਾਡੀਆਂ ਵੀ ਤੁਸੀਂ ਉੱਤੇ ਆਪਣੇ ਘਰਾਂ ਨੂੰ ਹੱਸਦੇ ਖੇਡਦੇ ਘਰਾਂ ਨੂੰ ਜਾਇਓ ਲਓ ਕਹਿੰਦੇ ਪਰ ਬਾਲ ਮੁੰਡਾ ਪਾਉਣ ਲਈ ਤਿਆਰ ਹੈ ਅਟਾਰੀ ਵਾਲਿਆ ਬਾਲ ਚ ਅੱਗ ਕੱਢ ਲਾ ਅੱਗ ਕੱਢ ਲਾ ਬੈਠ ਕੇ ਕੱਢ ਲਾ ਸਿਆ ਗੁਰੂ ਮੇਰੇ ਵੀਰੋ ਯੂਐਸਏ ਦੇ ਵਿੱਚ ਆਇਆ ਥੋੜੇ ਦਿਨ ਪਹਿਲਾਂ ਐਨ ਯੂਐਸਏ ਦੇ ਵਿੱਚੋਂ ਆਇਆ ਔਰ ਬੜਾ ਧੰਨਵਾਦ ਕਹਿੰਦੇ ਸੀਆ ਗੁਰੂ ਅਗਲੀ ਵਾਰ ਫੇਰ ਪਾ ਰਿਹਾ ਔਰ ਉਧਰੋਂ ਸਾਡੇ ਦਰਮਿਆਨ ਸਾਡੇ ਹਲਕੇ ਦੇ ਜਿਹੜੇ ਆਉਣ ਵਾਲੇ ਆ ਮੇਰੇ ਸਾਹਿਬ ਅਮਿਤ ਜੈਨ ਜੀ ਵੀ ਸਾਡੇ ਦਰਮਿਆਨ ਆ ਗਏ ਹੈ ਬਹੁਤ ਬੜਾ ਧੰਨਵਾਦ ਹੈ ਬਹੁਤ ਮਾਣ ਹੈ ਇਲਾਕੇ ਨੂੰ ਆਹ ਇਲਾਕੇ ਨੂੰ ਕਹਿੰਦੇ ਲੱਖਾਂ ਗ੍ਰਾਂਟਾਂ ਦਿੱਤੀਆਂ ਜਿਹਨਾਂ ਨੇ ਸਾਡੇ ਆਉਣ ਵਾਲੇ ਐਮਐਲਏ ਸਾਹਿਬ ਅਮਿਤ ਜੈਨ ਜੀ ਵੀ ਜਿਹੜੇ ਆ ਰਹੇ ਹੈ ਬਹੁਤ ਬੜਾ ਧੰਨਵਾਦ ਹੈ ਕਹਿੰਦੀ ਸਾਨੂੰ ਨਾਮ ਬਹੁਤ ਸਾਰਾ ਪਿਆਰ ਦੇਣਾ ਹੈ ਇਹ ਪਹਿਲੀ ਨਾਲ ਕਹਿ ਦਿੱਤਾ ਹੈ ਅਮਿਤ ਜੈਨ ਜੀ ਨੇ ਕਿ ਨਾਮ ਤੁਹਾਨੂੰ ਖੁੱਲਾ ਪਿਆਰ ਦੇਣਾ ਹੈ ਔਰ ਸਭ ਨੂੰ ਪਿਆਰ ਮਿਲੇਗਾ ਅਸੀਂ ਟਾਰਗੇਟ ਦੱਸ ਕਿੰਨਾ ਨੌਜਵਾਨ ਹੈ ਛਿਆਸੀ ਬਣਾਇਆ ਤੇ 87 ਦਾ ਟਾਰਗੇਟ ਹੈ
86 ਬਣਾਏ ਤੇ 87 ਦਾ ਟਾਰਗੇਟ ਹੈ ਸਲਾਣੇ ਦੀ ਟੀਮ ਨੂੰ ਇੱਕ ਟੀਮ ਜ਼ਰੂਰ ਨੋਟ ਕਰੇਗੀ ਸਲਾਣੇ ਦੀ ਟੀਮ ਵੀ ਆ ਗਈ ਹੈ ਬਹੁਤ ਵਧੀਆ ਸਮੇਂ ਦੇ ਨਾਲ ਵੀ ਮਾੜੀ ਹੈ ਬੜਾ ਬਟਾਣੇ ਦੀ ਟੀਮ ਜਿਹੜੀ ਆ ਗਈ ਹੈ ਗੱਡੀ ਸਿਖਾ ਦੀ ਹੁਣ ਗੱਡੀ ਵੀ ਸਿੱਖ ਗਿਆ ਨਵੀਂ ਟਿੱਬੀ ਮੈਨੂੰ ਲੱਗਦਾ ਅਗਲੇ ਸਾਲ ਹੋਰ ਜ਼ਿਆਦਾ ਖਰਚਾ ਵੱਧ ਗਿਆ ਤੇਰਾ ਅਗਲੇ ਸਾਲ ਹੋਰ ਜ਼ਿਆਦਾ ਖਰਚਾ ਵੱਧ ਗਿਆ ਤੇਰਾ ਔਰ ਬੜਾ ਧੰਨਵਾਦ ਹੈ ਇੱਕ ਗੱਡੀ ਸਲਾਣੇ ਦੀ ਟੀਮ ਨੂੰ ਉਧਰ ਸੈਮ ਅਮਲੋ ਵਾਲਾ ਕਿਹਾ ਵੀ ਨਾਰਪੁਰ ਵਾਲਿਆ ਨਾਰਥ ਫੈਡਰੇਸ਼ਨ ਦਾ ਫੱਟਾ ਮੇਲਾ ਕਰਵਾਉਣਾ ਪਾਣੇ ਅਗਲਾ ਮੈਚ ਦੇਖੀ ਕੀਤਾ ਅਗਲਾ ਮੈਚ ਮੈਨੂੰ ਬਲਟਾਣਾ ਦੇ ਪਲਟਾਣਾ ਵਾਰਡ ਪਲਟਾਣਾ ਵਾਰਡ ਹੀ ਇਹਦੇ ਜੋ ਉਹ ਵੀ ਹੈਗਾ ਵਾ ਸਾਈਮਨ ਸੱਤ ਨੰਬਰ ਦੇ ਵਿੱਚ ਨਹੀਂ ਸਾਈਮਨ ਦੀਆਂ ਨਾਲ ਆਇਆ ਮੈਨੂੰ ਲੱਗਦਾ ਯਾਰ ਆਉਂਦਾ ਵਾ ਇਹ ਅਟਾਰੀ ਵਾਲੇ ਕਾਕੇ ਦੀਆਂ ਔਰ ਵੱਡੇ ਵਾਲ ਹੋਣਗੇ ਮੇਰੇ ਵੀਰੇ ਉਧਰੋਂ ਕਾਰਨ ਪਨਾਗ ਸਾਡਾ ਯਾਰ ਕਹਿੰਦੇ ਉਹ ਵੀ ਲਾਈਵ ਜਿਹੜਾ ਹੋਇਆ ਸਟੇਟ ਮੇਲੇ ਦੇ ਨਾਲ ਲਾੜਪੁਰ ਵਾਲਾ ਮੇਰੇ ਵੀਰੇ ਲਾਓ ਕਹਿੰਦੇ ਲਾੜਪੁਰ ਵਾਲਾ ਗੰਗੀ ਬੰਨ ਕੇ ਖੜਾਦਾ ਤਾਰੀ ਵਾਲੇ ਆਏ ਤਗੜੀਆਂ ਬਾਲਾਂ ਬੋੜੀਆਂ ਤੜੀਆਂ ਨੌਜਵਾਨ ਟਾਰਗੇਟ ਸ਼ੂਟਰ ਜਾਈ ਆਏ ਲਾੜਪੁਰ ਵਾਲਿਆ ਮਾਰ ਗਿਰਿਆ ਮੁੰਡਿਆਂ ਨੇ ਲਾਓ ਕਹਿੰਦੇ ਕਹਿੰਦੇ ਲਾੜਪੁਰ ਵਾਲਾ ਆ ਕੇ ਗਿਆ ਸਾਹਮਣੇ ਮੈਨੂੰ ਬੇਨਤੀ ਆ ਜੀ ਲੁਧਿਆਣਾ ਤੇ ਬਲਟਾਣਾ ਦੋਨੋਂ ਵਾਰਡ ਆ ਜਿਹੜੇ ਟੋਈ ਆਲਣਾ ਕੇ ਦੋਨੋਂ ਟੀਮਾਂ ਪ੍ਰੋਪਰ ਕਿੱਟ ਦੇ ਵਿੱਚ ਹੋਣ ਇਹ ਸਾਡੀ ਬੇਨਤੀ ਦੋਨੋਂ ਟੀਮਾਂ ਜਿਹੜੀਆਂ ਪ੍ਰੋਪਰ ਕਿੱਟ ਦੇ ਵਿੱਚ ਹੋਣ
ਦੁਨੀਆ ਵਿੱਚ ਚਰਚਾ ਚਰਚਾ ਛੜੀ ਵੀ ਹੋਈ ਹੈ। ਲਓ ਸਾਹਮਣੇ ਕਹਿੰਦੇ ਰਗੇੜੀ ਦੇ ਕੱਪ ਦਾ ਟੈਸਟ ਬੈਟਸਮੈਨ ਆ ਗਿਆ, ਦੁਨੀਆ ਦੇ ਵੱਡੇ ਬਾਲਾ ਹੈ ਅਲੀ ਜਾਰੀਆ। ਕਹਿੰਦੇ ਸਤਨਾਮ ਸਿੰਘ ਸੱਤੂ ਦੇ ਨਾਲ ਅਜਨੇਰਗੜ੍ਹ ਦਾ ਕਸਬੇ ਦਾ ਮਰਦ ਦੇ ਰਿਹਾ, ਪਰ ਕਹਿੰਦੇ ਅਟਾਰੀ ਵਾਲਾ ਚ ਬੇਰਿਆ ਫਿਰਦਾ ਹੈ। ਉਹ ਚਾਰ ਬਾਲਾ ਡਾਊਟ ਪਾਦੀਆਂ, ਭੰਨਾ ਵੀ ਦਿਮਾਗ ਲਾ ਰਿਹਾ ਵੀ ਕਿਵੇਂ ਨਾ ਕਿਵੇਂ ਇਹਦਾ ਉਮਰ ਕੱਢ ਲਈਏ, ਰਹਿੰਦੀਆਂ ਬਾਲਾਂ ਦੇ ਫਿਰ ਦਿਖਾਵਾਂਗੇ ਵੀ ਭੰਨਾ ਕਹਿ ਦੇਗੀ ਨੂੰ। ਜਿਹੜਾ ਬਾਈ ਪਾਵਰ ਪਲੇ ਚ ਚਾਰ ਰਨਾਂ ਤੋਂ ਘੱਟ ਉਮਰ ਪਾਵੇਗਾ ਉਹਦੇ ਸੀਰੀਜ਼ ਦੀ ਟੈਸਟਾਂ ਲਈ 10 ਰਨ ਗਿਣੇ ਜਾਣਗੇ, 10 ਪੁਆਇੰਟ ਜਿਹੜੇ ਉਹ ਕਾਊਂਟ ਕਰੇ ਜਾਣਗੇ। ਬੜੀ ਵਧੀਆ ਸੋਚ ਆ ਤੁਹਾਡੇ ਭਰਾਵਾਂ ਦੀ ਜੀ, ਬੈਸਟ ਬਾਲਰ ਜਿਹੜੇ ਹੋਣਗੇ ਉਹ ਦੋ ਹੋਣਗੇ, ਜੇ ਦੋ ਬਾਹਰੋਂ ਰੱਖਿਆ ਨਾ ਜੀ ਭਰਾ ਵਾਲਾ ਦੋਨਾਂ ਨੂੰ ਓਵਰ ਵੀ ਦਿੱਤਾ ਜਾ ਰਿਹਾ ਹੈ ਜੀ। ਸੰਦੀਪ ਸਾਡਾ ਵੀਰ ਹੈ, ਬਹੁਤ ਵੱਡਾ ਧੰਨਵਾਦ ਹੈ ਵੀ ਸੰਧੂ, ਜੇ ਦੋ ਬਾਹਰੋਂ ਰੱਖਿਆ ਤਾਂ ਦੋਨਾਂ ਨੂੰ ਮੌਕਾ ਵੀ ਦਿੱਤਾ ਜਾ ਰਿਹਾ। ਕਈ ਕੰਮਾਂ ਤੇ ਹੁੰਦਾ ਕਿ ਇੱਕ ਓਵਰ ਪਾ ਸਕਦਾ ਦੂਜਾ ਨਹੀਂ ਪਾ ਸਕਦਾ, ਇਹ ਬੜੀ ਵਧੀਆ ਸੋਚ ਹੈ ਔਰ ਸੋਚ ਨੂੰ ਸਲਾਮ ਹੈ। ਰਾਤ ਇੱਕ ਬੰਦਾ ਮਿਲਿਆ ਕਹਿੰਦਾ ਸੰਧੂ ਸੁਰਜੀਤ ਆਪਣੀ ਆਈਡੀ ਹੈ, ਕਹਿੰਦਾ ਦੇਖਣ ਨੂੰ ਐਂ ਲੱਗਦਾ ਜਿਵੇਂ ਬਹੁਤ ਵੱਡਾ ਕਲਾਕਾਰ ਕੋਈ ਸਿੰਗਰ ਹੋਵੇ ਨਾ, ਸੰਧੂ ਸੁਰਜੀਤ ਜਿੱਦਾਂ ਮੇਜਰ ਰਾਜਸਥਾਨੀ ਦੇ ਚਰਚੇ ਹੈ ਉਹਦੀ ਸੰਧੂ ਸੁਰਜੀਤ ਦੇ ਚਰਚੇ ਹੈ, ਸਾਡਾ ਭਰਾ ਹੈ ਔਰ ਉਹਦੇ ਪਾਸੇ ਨਦਾਰ ਬੱਚਾ ਬੈਠਾ ਕਹਿੰਦੇ ਜਿਹੜੇ ਪਵਾਂ ਉਹਦਾ ਵੀ ਧੰਨਵਾਦ ਹੈ। ਅੱਜ ਫਿਰ ਵੀ ਆ ਕਹਿੰਦੇ ਚੇਚੇ ਤੌਰ ਤੇ ਆਇਆ ਹੋਇਆ, ਜਿਹਨੂੰ ਪਤਾ ਲੱਗ ਗਿਆ ਵੀ ਐਨ ਮੇਰੀ ਵੀਰੋ ਹਿੱਤ ਜਿਹੜੇ ਬਾਂਦਰ ਮਾਰ ਵਾਲੀ ਵੱਡੀ ਨਿਸ਼ਾਨ ਹੈ ਤੇ ਕਹਿ ਰਿਹਾ ਇਹ ਗੱਲਾਂ ਕਿੱਥੇ ਲੱਗ ਰਹੀ ਹੈ, ਇੱਕ ਓਵਰ ਸਮਾਪਤ ਇੱਕ ਸਕੋਰ ਹੈ, ਇੱਕ ਓਵਰ ਇੱਕ ਸਕੋਰ ਹੈ। ਲਓ ਕਹਿੰਦੇ ਜੋਤੀ ਬਰਬੀ ਵਾਲਾ ਵਾਲ ਬੋਲੀ ਤੇ ਆ ਰਿਹਾ, ਬਾਰਲੇ ਦੀ ਬਾਰਲੇ ਨਾਲ ਟੱਕਰ ਆ, ਪਰ ਅਜਨੇਰ ਪਿੰਡ ਦਾ ਬੰਨਾ ਹੈ ਜਿਹੜੇ ਸੱਤੂ ਨੂੰ ਚੰਡ ਕੇ ਤਿਆਰ ਕੀਤਾ ਹੈ, ਇਹਨੇ ਸੱਤੂ ਨੂੰ ਚੰਡ ਕੇ ਤਿਆਰ ਕੀਤਾ, ਉਸਤਾਦ ਬਣਦਾ, ਗੁਰੂ ਬਣਦਾ, ਰੱਬ ਬਣਦਾ ਹੈ ਅਜਨੇਰਾ ਵਾਕਿਆ ਦੇ ਰੱਬ ਬਣਦਾ ਹੈ। ਦਿੱਲੀ ਬੈਠ ਨੌਜਵਾਨਾਂ ਸਕੋਰਿੰਗ ਤੇ ਬੰਦਾ ਜਿਹੜਾ ਜ਼ਰੂਰੀ ਹੈ, ਇਹ ਸਾਡੀ ਬੇਨਤੀ ਆ ਪ੍ਰਬੰਧਕ ਕਮੇਟੀ ਵੱਲੋਂ ਲਾਸਟ ਦਿਨ ਕੋਈ ਵੀ ਜਿਹੜੀ ਟੀਮ ਪਰਾਜ ਨਾ ਕਰੇ। ਆਹ ਖਿਡਾਰੀ ਵੀ ਕਹਿੰਦੇ ਮੇਰੇ ਮੇਰੇ ਵੱਡਾ ਬਲ ਹੈ, ਆਹ ਖਿਡਾਰੀ ਵੀ ਦੁਨੀਆਂ ਜਾਣਦੀ ਹੈ ਔਰ ਗੱਲਾਂ ਕਹਿੰਦੇ ਟਿਕਾਣੇ ਆ ਕਦੇ ਚੰਡੀਗੜ੍ਹ ਸ਼ਹਿਰ ਨੂੰ ਜਿੱਥੇ ਕਹਿੰਦੇ ਮਾਹੌਲ ਬੜੇ ਪ੍ਰਸਿੱਧ ਹੈ ਤੇ ਨਾਲ ਰੋਹਿਤ ਖੇਡੂਗਾ ਚੰਡੀਗੜ੍ਹ ਆ ਦੁਨੀਆਂ ਦਾ ਵੱਡਾ ਮਲ। ਲਓ ਮੁੰਡੇ ਦੀ ਟਰਾਈ ਹੋਈ ਹੈ ਤੇ ਰਨ ਚਾਰ ਜੁੜ ਗਏ ਹੈ, ਉਹ ਚਾਰ ਸਕੋਰਾਂ ਦਾ ਵਾਧਾ ਮੁੰਡੇ ਨੇ ਆਪਣੀ ਟੀਮ ਲਈ ਕਰਦਾ ਖੇਡ ਦੇ ਮੈਦਾਨ ਵਿੱਚ ਕਿ ਭੇਟ ਚਿੱਟੇ ਨੇ ਚੜਾਦਾ ਸ਼ਹਿਰੀ ਪੁੱਤ ਨੂੰ ਕਿ ਕਿਹੜਾ ਲੱਭੇ ਨਾ ਸੰਦੂਖਾ ਭਾਜੀ ਡੁੱਬ ਜਾਓ, ਖੈਰ ਸੁੱਖ ਦੇ ਸੰਕੇ ਬਣੀਏ ਜਾਤ ਦੇ ਕਿ ਲੱਭੇ ਹੱਡ ਫੁੱਲ ਨੂੰ ਦੇ ਬਾਥਰੂਮ ਵਜੋਂ, ਕਿ ਤੀਵੀਂ ਜਾਤ ਨੇ ਸ਼ਰਮ ਕਿਲੀ ਟੱਕਦੀ ਕਿ ਮੁੰਡਾ ਅੱਗਿਆਂ ਨਾ ਕਿਤੇ ਮੋਨੂ ਬੀਜੀ ਹੋਏ, ਕਿ ਰੱਬ ਨੂੰ ਚਲਾਕ ਕਿਹੜੀ ਚਾਰ ਦੀ ਪਾਈਆ ਲੱਡੂ ਦੇ ਗੇ ਭਾਲਦੀ ਆ ਬੀਜੇ ਹੋਏ, ਕਿ ਪਾਈਆ ਲੱਡੂ ਦੇ ਗੇ ਭਾਲਦੀ ਆ ਬੀਜੇ ਹੋਏ। ਗੱਲਾਂ ਸੱਚੀਆਂ ਨੇ ਪਰ ਮੁੰਡਾ ਕਹਿੰਦੇ ਜੋਤੀ ਬਰਬੀ ਵਾਲਾ ਬਾਲ ਬੋਲੀ ਵਧਿਆ ਹੋਇਆ ਖੇਡ ਦੇ ਮੈਦਾਨ ਵਿੱਚ, ਸਾਹਮਣੇ ਪੰਨਾ ਫੇਰ ਵਿਗੜ ਤੇ ਖੜ ਗਿਆ। ਹੈਲੋ, ਹਾਂਜੀ 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 ਭਾਜੀ ਹਾਂਜੀ ਬਲਟਾਣਾ ਜੀ ਟੀਮ ਦਾ ਜੀ ਆਵੇ ਇੱਕ ਪਲੇਅਰ, ਮੇਰੀ ਬੇਨਤੀ ਹੈ ਟਾਸ ਬਸਤੇ ਡਿਸੀਜਨ ਜ਼ਰੂਰ ਨਾਲ ਲੈ ਕੇ ਮੇਰਾ ਭਰਾ। ਔਰ ਪ੍ਰੋਪਰ ਕਿੱਟ ਵਿੱਚ ਦੋਨੋਂ ਟੀਮਾਂ ਆਉਣੀਆਂ ਚਾਹੀਦੀਆਂ ਤੇ ਜਿਹੜੇ ਬਾਹਰਲੇ ਪਲੇਅਰ ਖੇਡਦੇ ਆ ਉਹ ਵਾਈਟ ਕਿੱਟ ਵਿੱਚ ਚਾਹੀਦੇ ਆ, ਜ਼ਰੂਰ ਧਿਆਨ ਦਿਓ। ਲਓ ਕਹਿੰਦੇ ਬਰਬੀ ਵਾਲਾ ਜੋਤੀ ਬਾਲ ਭਾ ਰਿਹਾ ਹੈ, ਲੱਗੀ ਸਿੱਕਾ ਕਿੱਥੇ ਰੱਖਿਆ
ਪਹਿਲੇ ਜਿੱਤ ਪੂਜੇ ਚ ਕਾਲੂ ਦੇ ਜਗਰੂਪ ਹੋਣੀ ਸੋਹਣੇ ਦੀ ਆ ਵੀ ਜ਼ਰੂਰ ਕੰਮ ਕਰਨਗੇ ਬੱਚਿਆਂ ਨਾਲ ਨਾ ਖੇਡਣ ਇਹ ਕੀ ਰੂਲ ਹੋਇਆ ਦੋ ਦੋ ਪਾ ਸਕਦੇ ਆ ਯਾਰ ਦੋ ਦੋ ਪਿੰਡ ਦੇ ਪਾ ਸਕਦੇ ਆ ਦੋ ਦੋ ਲਓ ਜੀ ਹੁਣ ਕਹਿੰਦੇ ਗਾਹੀ ਭੜੀ ਨੂੰ ਉਹ ਚੀਜ਼ ਛੁੱਟਦੀ ਆ ਗੁਪਤਾ ਕਿਉਂਕਿ ਬਾਹਰਲੇ ਨੇ ਆਪਦਾ ਕੰਮ ਕਰਤਾ ਹੁਣ ਪਿੰਡ ਵਾਲਿਆਂ ਨੇ ਉਧਰ ਪਾਉਣੇ ਆ ਟਾਸ ਜਿੱਤ ਕੇ ਕਹਿੰਦੀ ਆਪਾਂ ਬਾਲ ਕਰਾਂਗੇ ਲੋਕ ਗੁਲਸ਼ਨ ਵੀ ਲੁਧਿਆਣੇ ਵਾਲਾ ਪੁੱਜ ਗਿਆ ਜ਼ਿੰਦਗੀ ਦਾ ਪਰਮ ਪਿਆਰਾ ਵੀਰਾ ਕਾਹੀ ਭੈਣੀ ਕੱਪ ਹੋਇਆ ਤਾਂ ਮੁੰਡਾ ਕਹਿੰਦੇ ਮੱਥਾ ਜੁੜੀ ਖੜ ਕੇ ਧੱਡ ਧੱਡ ਕਰਵਾ ਕੇ ਗਿਆ ਉਸੇ ਕੱਪ ਤੇ ਪਾਲਰ ਦੇ ਪ੍ਰਦੀਪ ਆ ਕੇ ਦੇਖਿਆ ਉਹਦੇ ਨਾਲ ਲੋਕ ਪ੍ਰਦੀਪ ਪਰ ਨਾਮ ਨੂੰ ਕਹਿੰਦੇ ਪ੍ਰਦੀਪ ਮਾਤਾ ਰੇਖਾ ਪਰ ਦੁਨੀਆਂ ਦੂਰ ਦੇ ਨਾਂ ਨਾਲ ਜਾਣਦੀ ਆ ਉਹ ਸਾਹਮਣੇ ਕਹਿੰਦੇ ਜੱਗਾ ਆ ਗਿਆ ਸਲਾਣੇ ਪਿੰਡ ਵਾਲਾ ਖੰਡੇ ਏਰੀਏ ਦਾ ਮਾਣ ਆ ਖੰਡੇ ਏਰੀਏ ਦੀ ਟੀਮ ਸਾਡੇ ਦਰਮਿਆਨ ਪੁੱਜੀ ਹੋਈ ਆ ਆਪਾਂ ਧੰਨਵਾਦ ਕਰਾਂਗੇ ਵਧੀਆ ਟੀਮ ਆ ਵੱਡੇ ਕੱਪਾਂ ਦੀ ਚੈਂਪੀਅਨ ਟੀਮ ਦੁਨੀਆਂ ਦੇ ਵੱਡੇ ਵੱਲ ਖੇਡ ਕੇ ਗਏ ਆ ਅੱਜ ਭੱਜੂ ਦਾ ਡਾਕਟਰ ਬਠਿੰਡੇ ਦਾ ਮਾਣ ਕੋਟਲੇ ਦਾ ਪ੍ਰਭਾਵ ਚੰਡੀਗੜ੍ਹੀਆ ਦੇ ਨਾਲ ਰੋਹਿਤ ਚੰਡੀਗੜ੍ਹੀਆ ਲਾਲਪੁਰ ਦਾ ਗੱਗੀ ਦੇ ਮੰਨਾ ਦੇ ਤਾਰੀ ਪਿੰਡ ਦੇ ਕਾਕੇ ਸਾਡੇ ਦਰਮਿਆਨ ਪੁੱਜ ਚੁੱਕੇ ਆ ਐਂ ਨੀ ਕਹਿੰਦੇ ਵੱਡੇ ਵੱਲ ਅੱਜ ਆਉਣੇ ਆ ਜਿਹਨਾਂ ਨੇ ਕਹਿੰਦੇ ਕੁਸ਼ਤੀ ਬੋਲੀ ਗੁਰਦਾਸਪੁਰ ਦੀ ਦੁਨੀਆ ਵਿੱਚ ਸਲਾਣੇ ਦੀ ਟੀਮ ਇੱਕ ਵੱਡੀ ਟੀਮ ਆ ਜਦ ਗਾਹੀ ਭਣੀ ਵਾਲੇ ਮੁੰਡੇ ਵੀ ਫਿੱਟ ਜਾਪਦੇ ਆ ਗੁਆਂਢੀ ਨਗਰ ਆ ਲਓ ਕਹਿੰਦੇ ਬਾਲ ਪਰ ਸਕੋਰ ਜਿਹੜਾ ਸਿੰਗਲ 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 ਇੱਕ ਵੱਜ ਗਿਆ ਮੁੰਡਾ ਕਹਿੰਦੇ ਸਿਰੇ ਦੀ ਬਾਲ ਪਾ ਕੇ ਖੇਡਦੇ ਮੈਦਾਨ ਵਿੱਚ ਲਓ ਕਹਿੰਦੇ ਬਾਲ ਬੋਲੀ ਫਿਰ ਵਧੇਗਾ ਕਿ ਪੈਣਗੀਆਂ ਬਾਲਾਂ ਨਾਲ ਦੇਖੂ ਸਾਰਾ ਜੱਗ ਜੀ ਕਿ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਜੀ ਕਿ ਭੈੜੇ ਮਾਰ ਮਾਰ ਛਿੱਕੇ ਅੱਜ ਕੱਢਣਗੇ ਅੱਗ ਜੀ ਕਿ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਜੀ ਉਹ ਮੁੰਡਾ ਟਰਾਈ ਕਰਦਾ ਹੈ ਪਰ ਬਾਲ ਕਹਿੰਦੇ ਗੁਰੂ ਸਿੰਘ ਦੀ ਮਾਰਿਆ ਇਹਨੇ ਪਹਿਲਾਂ ਬੈਟਿੰਗ ਕਰੀ ਤਾਂ ਐਨ ਕਹਿੰਦੇ ਚਰਚੇ ਕਰਵਾਏ ਆ ਪਰ ਮੁੰਡਾ ਕਹਿੰਦੇ ਹੁਣ ਸਿਰੇ ਦੀਆਂ ਬਾਲਾਂ ਮਾਰਿਆ ਕਾਹੀ ਭੈਣੀ ਵਾਲਾ ਐਨ ਕਹਿੰਦੇ ਚੋਟੀ ਦੀਆਂ ਬਾਲਾਂ ਮਾਰਿਆ ਲਓ ਬਾਲ ਬਾਲੀ ਮੁੰਡਾ ਫਿਰ ਵਧਿਆ ਹੋਇਆ ਸਾਹਮਣੇ ਜੱਗਾ ਟਰਾਈ ਕਰਦਾ ਤੇ ਮੇਰੇ ਖਿਆਲ ਇਹਨੇ ਪਾਰ ਦਿਖਾ ਦਿਆ ਸ਼ਰਗ ਤੋਂ ਉਧਰ ਆਰਤੀ ਵਾਲੇ ਭਰਾਵਾਂ ਨੂੰ ਦੇਖਦੀ ਹੈ ਜੀ ਆਵਾਜ਼ ਸੁਣਦੀ ਆ ਜਿਹੜੀਆਂ ਬਾਲਾਂ ਬਾਈ ਉੱਧਰ ਡਿੱਗਦੀਆਂ ਨੇ ਜ਼ਰੂਰ ਸੁਣਦੇ ਆ ਹੱਥ ਬੰਨ ਕੇ ਸਾਡੀ ਬੇਨਤੀ ਆ ਜਿਹੜੀਆਂ ਬਾਲਾਂ ਜ਼ਰੂਰ ਇੱਧਰ ਗਰਾਊਂਡ 'ਚ ਪਜਾ ਦਿਆ ਕਰੋ ਲਓ ਮੁੰਡਾ ਫਿਰ ਬਾਲ ਪਾਉਂਦੀ ਗਿਆ ਤਿਆਰ ਹੈ ਉਧਰੋਂ ਸੂਬੀ 'ਚ ਜੈਨ ਸਾਡਾ ਵੀਰ ਬੜਾ ਧਰਮ ਦਾ ਵੱਡੀ ਜ਼ਿੰਮੇਵਾਰੀ ਹੈ ਸਕੋਰ ਬੁੱਕ ਤੇ ਵੱਡੀਆਂ ਸੁਭਾਵਾਂ ਦੇ ਰਹੇ ਹੈ ਬਹੁਤ ਬੜਾ ਧੰਨਵਾਦ ਹੈ ਸਾਡੇ ਵੀਰ ਦਾ ਬੜੇ ਸਾਊ ਜੇ ਸੁਭਾਅ ਦੇ ਬੜੇ ਭਾਰੀ ਜੇ ਸਰੀਰ ਦੇ ਮਾਲਕ ਨੇ ਬਹੁਤ ਬੜਾ ਧੰਨਵਾਦ ਹੈ ਵੱਡੇ ਵੱਲ ਦਾ ਖੇਡ ਕਿਹੜੇ ਕਰ ਰਿਹਾ ਢਿੱਡ ਦੇ ਜ਼ੋਰ ਦੇ ਨਾਲ ਛੱਗਾ ਮਾਰਦਾ ਹੈ ਔਰ ਦੁਨੀਆ ਜਾਣਦੀ ਹੈ ਆਹ ਸਾਹਮਣੇ ਅਗਲੀ ਵਾਰ ਬੜਾ ਕਹਿੰਦੇ ਫੇਰ ਪਹਿਲੀ ਚੱਕਿਆ ਜਦੋਂ ਆਇਆ ਤਾਂ ਦੱਸਿਆ ਵੀ ਬੜੀ ਬਾਟ ਪੈ ਗਈ ਹੈ ਬੜੀ ਲੰਬੀ ਦੂਰੀ ਤੈਅ ਕਰਕੇ ਆਇਆ ਚੱਕਿਆ ਕੁੱਝ ਨਾ ਕੁੱਝ ਕਰਨਾ ਪੈਣਾ ਨਹੀਂ ਫਿਰ ਦਾਗੀ ਭੈਣੀ ਵਾਲ ਦੇ ਕੀਤਾ ਹੀ ਹੋਇਆ ਹੈ ਹਵਾ ਵੀ ਚੱਲਦੀ ਆ ਅੱਖਾਂ ਚ ਧੂੜ ਮਿੱਟੀ ਵੀ ਪੈਣੀ ਆ ਤੇ ਥੋੜਾ ਜੀ ਨੀ ਘਰ ਜਾਣ ਨੂੰ ਕਰਨਾ ਕਿਉਂਕਿ ਮੇਲਾ ਵੀ ਵੱਡਾ ਐ ਨੀ ਕਹਿੰਦੇ ਮੁੰਡਿਆਂ ਨੇ ਚਰਚਾ ਕਰਵਾ ਦੀ ਚਰਚਾ ਛਿੜੀ ਸੀ ਤੇ ਚਰਚਾ ਜਿੱਤਦੀ ਆ ਲੋਕ ਬੋਲੂ ਬਾਲ ਬੋਲੀ ਵਧਿਆ ਹੋਇਆ
ਸਾਹਮਣੇ ਕਹਿੰਦੇ ਚੰਗਾ ਓਵਰ ਹੋ ਗਿਆ ਜੀ, ਓਵਰ ਹੋ ਗਿਆ। ਜੈਨ ਸਾਹਿਬ ਸਕੋਰ ਦੱਸੋ ਕਿੰਨੇ ਆ? ਪੱਚੀ ਰਨ ਜਿਹੜੇ ਫੜ ਚੁੱਕੇ ਆ। ਤਿੰਨ ਓਵਰ 25 ਸਕੋਰ ਹੋ ਗਏ ਆ। ਹੁਣ ਕੌਣ ਓਵਰ ਲਾਵੇਗਾ? ਬਾਹਰਲੇ ਦੇਖੋ ਪਰ ਰੱਖ ਲੈਣਾ ਜੀ। ਮੈਂ ਉਹਨੂੰ ਕਿਹਾ ਜੋਤੀ ਮੈਂ ਤੂੰ ਰੋਕ ਲੈ, ਕਮਾਂਡੋ ਬਾਲ ਮਾਰੇ ਕਮਾਂਡੋ ਕਹਿੰਦੇ ਆ, ਪਰ ਆਰਮੀ ਵਾਲਾ ਨਹੀਂ ਹੈ, ਗਾੜੀ ਭੜੀ ਵਾਲਾ ਕਮਾਂਡੋ ਹੈ। ਪਰ ਮੰਨੇ ਨੇ ਕਹਿੰਦੇ ਗ੍ਰਨੇਡ ਸਿੱਟਣਾ ਕੁੰਗਰ ਸੁਝਾਰਾ ਨਿਛੇ ਜੋੜਦੇ ਆ। ਉਹ ਮੁੰਡਾ ਕਹਿੰਦੇ ਕਮਾਲ ਕਰ ਰਿਹਾ ਰਾ ਨਿਛੇ ਆਪਣੀ ਟੀਪਲੀ ਜੋੜਦੇ ਆ। ਸਿਮਰ 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 ਲਓ ਸਿਮਰ ਬਾਲ ਮਾਰੇ ਆ ਸਾਹਮਣੇ ਕਹਿੰਦੇ ਜੱਗਾ ਵਿਕਰੀ ਦੇ ਮੌਜੂਦਾ ਦੇ ਮੰਨਾ ਕਹਿੰਦੇ ਸਾਹਮਣੇ ਵਿਗੜਦੇ ਖੜ ਗਿਆ ਜਿਹਨੇ ਕਮਾਲ ਕਰੀ ਪਈ ਹੈ ਖੇਡ ਦੇ ਮੈਦਾਨ ਵਿੱਚ। ਲਓ ਸਿਮਰੇ ਦੀ ਬਾਲ ਪੈਣ ਲੱਗੀ ਆ ਸਭੇ ਦੀ, ਤੇ ਸਾਹਮਣੇ ਮੰਨਾ ਕਹਿੰਦੇ ਅਜਨੇਰ ਪਿੰਡ ਦਾ ਅੱਜ ਧਾਰਾ ਮੰਗਿਆ ਆਇਆ ਮੁੰਡਿਆਂ ਨੇ, ਅੱਜ ਸਰਾਣੀ ਦੀ ਟੀਮ ਦਾ ਪੁੱਤ ਬਣ ਕੇ ਖੇਡ ਦੇ ਮੈਦਾਨ ਵਿੱਚ ਖੇਡਦਾ ਨਜ਼ਰ ਆ ਰਿਹਾ। ਲਓ ਪੈਂਦੀ ਬਾਲ ਆ ਮੁੰਡੇ ਦੀ ਸ਼ਾਟ ਦੇ ਰਨ ਫੇਰ ਸੋਨੀ ਛੇ ਜੁੜਦੇ ਆ, ਰਨ ਮੁੰਡੇ ਨੇ ਫੇਰ ਛੇ ਜੁੜਦੇ ਆ ਸਾਹਮਣੇ ਰਨ ਜਿਹੜੇ ਫੇਰ ਕਹਿੰਦੇ ਮੰਨੇ ਨੇ ਛੇ ਜਿਹੜੇ ਜੋੜ ਦਿੱਤੇ ਆ ਮੇਰੀ ਗਿਰੋ ਐਂਡ ਰਨ ਜਿਹੜੇ ਫੇਰ ਮੰਨੇ ਨੇ ਛੇ ਆਪਦੀ ਟਿੱਕੀ ਜੋੜ ਦਿੱਤੇ ਆ। ਉਧਰ ਟਿੱਪੀ ਨੇ ਵੀ ਘਣ ਚੱਕ ਲਿਆ, ਮੇਰੇ ਨਾਲ ਟ੍ਰਿਪਲ ਤੁਹਾਡਾ ਹੁਣ ਟਿੱਪੀ ਦਾ ਧੰਨਵਾਦ ਹੈ। ਔਰ ਅਗਲੀ ਵਾਰ ਮੁੰਡਾ ਫੇਰ ਭਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੀ ਗਿਰੋ। ਅੱਜ ਜਿਹੜੇ ਗੋਆ ਖੇਡਣ ਗਿਆ ਸੀ ਨਾ ਸਾਰੀ ਕਹਿੰਦੇ ਅੱਜ ਆਏ ਹੋਏ ਹੈ, ਅੱਜ ਸਾਰੀ ਕਹਿੰਦੇ ਅੱਜ ਆਏ ਹੋਏ ਹੈ, ਇੱਕ ਹਰ ਮੰਨੀ ਆਏ ਮਾਣਕ ਵਾਲੀ ਹੈ, ਬਾਕੀ ਸਾਰੇ ਅੱਜ ਆਏ ਹੋਏ ਹੈ। ਨਾ ਸਾਹਮਣੇ ਅਗਲੀ ਵਾਰ ਮੁੰਡਾ ਫੇਰ ਤੇ ਰਨ ਕਹਿੰਦੇ ਇੱਕ ਮੁੰਡੇ ਨੇ ਜੋੜ ਦਿੱਤਾ ਪਰ ਬਾਲ ਡੋਟ, ਪਰ ਬਾਲ ਜਿਹੜੀ ਡੋਟ ਹੋ ਚੁੱਕੀ ਹੈ ਮੇਰੀ ਵੀਰ। ਟਿੱਪੀ ਦਾ ਚਹੇਤਾ ਨਹੀਂ ਆ ਗਿਆ, ਲਾ ਮੁੰਡਾ ਫੇਰ ਬਾਲ ਪਾਉਂਦੀ ਤੇ ਆ ਰਿਹਾ। ਉਧਰ ਕਾਸਕੋ ਦੀ ਦੁਨੀਆਂ ਦਾ ਵਧੀਆ ਬਲਾ ਦਾ ਸਾਡਾ ਰਾਮਾ ਭਰਾ ਹੈ, ਜ਼ਿੰਦਗੀ ਦਾ ਪਿਆਰ ਹੈ ਪੰਮਿਆਂ ਦਾ, ਗਗਨ ਆਇਆ ਬੈਠਾ ਲਾਓ ਕਹਿੰਦੇ ਮੰਨਾ ਟਰਾਈ ਕਰਦਾ ਤੇ ਸਕੋਰ ਜਿਹੜੇ ਦੋ ਆਏ, ਦੋ ਸਕੋਰ ਮੁੰਡੇ ਨੇ ਆਪਣੀ ਟੀਮ ਲਈ ਜੋੜਦੇ ਆ, ਦੋ ਰਨਾਂ ਦਾ ਵਾਧਾ ਮੁੰਡਾ ਆਪਣੀ ਟੀਮ ਲਈ ਕਰ ਗਿਆ। ਉੱਪਰ ਸਮਾਪਤ ਜਾਂ ਬਾਲ ਬਾਕੀ ਆ, ਜੇ ਅਜੇ ਬਾਲ ਬਾਕੀ ਆ, ਜਦ ਛੱਕੇ ਵੱਜਦੇ ਨਾ ਪਤੰਦਰ ਓਵਰ ਨਹੀਂ ਹੋਣ ਚਾਹੁੰਦਾ ਹੈਗਾ, ਇਹ ਗੱਲ ਪੱਕੀ ਆ। ਲਓ ਮੁੰਡਾ ਬਾਲ ਬੋਲੀ ਫਿਰ ਤਿਆਰ ਹੈ, ਲਓ ਬਾਲ ਪਾ ਗਈ ਆ ਮੁੰਡੇ ਦੀ ਤੇ ਸਾਹਮਣੇ ਮੰਨਾ ਟਰਾਈ ਕਰਦਾ, ਮੰਨੇ ਨੇ ਰਨ ਫਿਰ ਦੋ ਜੋੜਦੇ ਆ। ਉਪਰ ਸਮਾਪਤ ਆਏ ਸਕੋਰ ਦੱਸਾਂਗੇ ਜੀ ਆਪਾਂ ਕਿਤੇ 45 ਸਕੋਰ ਹੋ ਗਿਆ ਜੀ 45। ਲਓ ਗੋਲੂ ਫੇਰ ਬਾਲ ਪਾ ਦੇਗਾ, ਕਦੇ ਹਾੜੀ ਬੜੇ ਗੋਲੂ ਦੇ ਚਰਦੇ ਆ ਇਹਨੇ ਅੱਜ ਰੇਸ ਗਿੱਸਾ ਲਗਾ, ਪਰ ਕਹਿੰਦੇ ਹੁਣ ਫੇਰ ਬਾਹਰਲੀ ਦੀ ਟੱਕਰ ਕਹਿੰਦੇ, ਪਰ ਹੁਣ ਬਾਹਰਲਾ ਦੀ ਉਮਰ ਸਮਾਪਤ ਹੋ ਗਿਆ। ਕਾਹੀ ਭੈਣ ਦੀ ਟੀਮ ਇੱਕ ਫਿਫਥ ਅੱਜ ਵੀ ਪਈ ਹੈ ਕਿਉਂਕਿ ਟਾਰਗੇਟ ਵੀ ਜਿਹੜਾ 8 ਓਵਰਾਂ ਥੋੜਾ ਹੀ ਬੜਿਆ ਕਿਉਂਕਿ ਇੱਥੇ 100-150 ਰਨ ਦਾ ਬੰਦਾ ਦੇਖਿਆ ਆਪਾਂ। ਲਓ ਮੁੰਡਾ ਪਰ ਬਾਲ ਗੋਲੂ ਪਾ ਰਿਹਾ ਸਾਹਮਣੇ ਕਹਿੰਦੇ ਜੱਗਾ ਤੁੰਗ ਪਰਿਵਾਰ ਦਾ ਮੁੰਡਾ ਵਾਰਿਸ ਸੁੱਖਾ ਵੀ ਆਇਆ ਹੋਇਆ,
14 जून दराके की कहने कमेटी वालों दराके शहर की कमेटी वालों जोड़ा है वह मेला करवाया जा रहा है 10 तो लेके 14 जून जोड़ा दराके शहर की कमेटी वालों जोड़ा काम करवाया जा रहा है वे प्राइज वी मैन ऑफ द सीरीज होगी मेरी वीडियो वी मैन ऑफ द सीरीज भी होगी सिर्फ लिमिट के टीम है जी एंटर की जानी है दराके वाले कहते जसदीप मांगटोनी लड्डू ग्राहा जैज ओबराय और लव अवलेश आईपीएल प्लेयर खट्टरा का मेला लुटिया भावे मुंडा सीरीज नहीं बनिया पर बेस्ट बैट्समैन वह बड़े चंडीगढ़ का रोहित कपूरथले का मोटरसाइकिल जितने वाला प्लेयर है कहते दलदराशिया का जितनी मुंडा पुजने आ रहा है ऐ कहते प्रभाव के खेलना नजर आएगा ऐ कहते दुनिया का बड़ा पाला है लोग कहते सुखा तुंग परिवार का भारी साहब सुखा आ गया कहते तुंग परिवार का कारण पनाग भी कहते लाइव जोड़ा होया खेल वेले के नाल उन्हें भी एक तो दो हो जाना है उन्हें भी कहते हम तो थोड़े दिन तक कहते एक तो दो हो जाना है और बाबा मेहर करे सारे भरावान से लाओ सुखा सुखा तुंग अगली बार का करता हुआ सामना मेरे वीरो उधर कारण कहना है कि लैवन को जो लोग सराने दे रहे काके होना है ते बहुत बड़ी मुबारकबाद है क्योंकि आज धोखा किया कर पनाग के नाल कहना बड़ी परंटी लड़ी है लैवन को कहते बड़ी जी कहते परंटी लगेगी कारण पनाग थोड़ा वीर जानकारी के बिच पता करता है आओ जगह ते सुखा दोनों ऑटो के वापस मेरे वीर नवदीप आ गया मेरे फिर आने कहते नवदीप आ गया टक्ट बेच रहा जे मुंडे तो पतला कर देते पतले तो मोटा कर देते शरीर एन चर्चिया मुंडे से दो भरावान ने एक मेहनत करी है एन मुंडे की चर्चा पंजाब एन दुनिया में छिड़ी हुई है नवदीप उन्हें बड़ी मेहर आ परमात्मा की एन रात रब दिन दुगड़ी रात चौगड़ी तरक्की बख्शे लो कहते गोलू की वाल पैन लगी है लो बाल जी गोलू की पैन लगी नवदीप सामने सोनी लो सामने नवदीप आ गया मेरे फिर नवदीप आरशी रहीमा वाला बाल दा सामना दिमाग साडा भरा जेड़ा लाइव जेड़ा बहुत बड़ा धन्यवाद करदा आरशी शेयर जरूर कर दे मैं जेड़ा बहुत तगड़ा अब दी टीम दी आ खिलाड़ी ते कहंदे सारेयां दी अख दी की हुई है आ खिलाड़ी ते कहंदे सारेयां दी अख दी की हुई है भी चाहे मैच दे राणा जेड़े चेंज दा जे कर सकदा ते आ खिलाड़ी कर सकदा है 85 रन दा बैटिंग कर सकदा है इहदा मन्ना नाम है मुंडा कहते भुलर परिवार का कहते अगली बार का सामना करता मेरे वीर मुंडा कहते भुलर परिवार का है लो मुंडे की बाल के रंग सिंगल होगा खेड़ के मैदान में लो मुंडा गुलू तगड़िया वाला मारे सारी पिंड का काका भी पुजा पर उपर मेरे ख्याल समाप्त है गुलू जी महान खिलाड़ी खेड क्रिकेट का मेरी गिरी ओवर समाप्त है 49 बन गए काके जी बारे सारी इकट्ठी हो जाते हैं हम काके ने थोड़ी उम्र पाना30 बाकी है जी 38 18 ਦੇ ਵਿੱਚ 6 ਛੱਕੇ ਰਹਿ ਗਏ ਬੜਾ ਸੋਹਣਾ ਓਵਰ ਪਾ ਗਿਆ ਮੁੰਡਾ ਗੋਲੂ ਗੋਲੂ 2 ਰਨਾਂ ਦੇ ਓਵਰ ਪਾ ਗਿਆ
ਲੜਕਾ ਸੀ ਭੈਣੀ ਵਾਲਾ ਨਿੱਕੂ ਮਾਰੇ ਆ ਸਾਹਮਣੇ ਮੰਡੇ ਦਾ ਸ਼ੌਟ ਤੇਰਾ ਤੇ ਮੁੰਡੇ ਦੇ ਛੇ ਜੁੜਦੇ ਆ ਬੱਤੇ ਰਹਿ ਗਏ ਬੱਤੇ ਬੰਨਾ ਕਹਿੰਦੇ ਰਹਿ ਛੇ ਜੁੜਦਾ 17 ਵਾਲਾਂ ਦੀ 32 ਰਨ ਸਲਾਣੇ ਨੂੰ ਮੈਚ ਜਿੱਤਣ ਦੇ ਲਈ ਤੇ ਦੂਜੇ ਰਾਉਂਡ 'ਚ ਜਾਣ ਦੇ ਲਈ ਅਗਲਾ ਮੈਚ ਬਲਟਾਣਾ ਵਾਰਡ ਵਾਲਾ ਲਓ ਜਨੀਰਾ ਵਾਲੇ ਨੇ ਕਿਹਦੇ ਪਹਿਲਾ ਛੱਕਾ ਜਿਹੜਾ ਲਾ ਦਿੱਤਾ ਹੈ ਆ ਜਨੀਰਾ ਵਾਲੇ ਨੇ 13 14 ਤੇ 15 ਤਰੀਕ ਆ ਲੋਣੇ ਤੋਲੇ ਦੇ ਕੰਮ ਦੀ ਹੋਣੀ ਆ ਮੇਰੇ ਵੀਰੇ ਲੋਣੇ ਤੋਲੇ ਦੇ ਕੰਮ ਦੀ ਹੋਣੀ ਹੈ ਐਨ ਜਸ਼ਨ ਆ ਸਾਡਾ ਵੀਰ ਲੋਣੇ ਤੋਲੇ ਵਾਲਾ ਜਿਹੜਾ ਲੈ ਵੀ ਰਾਵੇ ਖੁੱਲੇ ਸੱਦੇ ਆ ਰਿਹਾ ਹੈ 15-26 ਸਲਾਣੇ ਦੀ ਟੀਮ ਨੂੰ ਮੈਚ ਜਿੱਤਣ ਦੇ ਲਈ ਸਾਰਾ ਮੈਚ ਮੰਨੇ ਤੇ 3-4 ਖਿਡਾਰੀ ਆਊਟ ਹੋ ਚੁੱਕੇ ਆ ਲਾੜਪੁਰ ਵਾਲੇ ਗੱਗੀ ਨੇ ਕੋਈ ਖਾ ਲਓ ਮੁੰਡਾ ਬਾਲ ਬੌਲੀ ਫਿਰ ਡਿੱਗੂ ਵਧੇਗਾ ਖੇਡ ਦੇ ਮੈਦਾਨ ਵਿੱਚ ਲਓ ਕਦੇ ਕੋ ਵੱਡੀ ਵਿਕਟਾ ਹੈ ਜਿਹੜਾ ਕਹਿੰਦੇ ਰਨ ਇਕੱਲਾ ਹੀ ਚੇਜ਼ ਕਰੀ ਆਉਂਦਾ ਲਓ ਮੰਨੇ ਦਾ ਸ਼ਾਟ ਤੇ ਰਨ ਫੇਰ ਚੇਜ਼ ਕਰਦੇ ਆ ਲਓ ਡਿੱਗੂ ਆਏ ਪਹਿਲਾਂ ਉਹ ਜਾਉਂ ਮੈਂ ਵੀ ਪਹਿਲਾਂ ਹੈ ਉਧਰ ਗੋਗੇ ਦਾ ਵੀ ਧੰਨਵਾਦ ਹੈ ਗੋਗੇ ਨੇ ਵੀ ਕਈ ਵਾਰ ਕਹਿੰਦੇ ਆ ਇਹਨਾਂ ਹਾੜੀਆਂ ਦਾ ਆੜਾ ਘਟਾ ਕਹਿੰਦੇ ਆ ਔਰ ਯਾਰੀ ਵੀ ਪਵੀ ਦੇ ਨਾਲ ਹੈ ਜਿਹੜਾ ਸੋਹਤੇ ਪਰਿਵਾਰ ਦਾ ਕੈਨੇਡਾ ਦੇ ਵਿੱਚ ਬੈਠਾ ਹੈ ਨਵਦੀਪ ਵੀਹ ਰਨ ਰਹਿ ਗਏ 20-14 ਬਾਲ ਲਓ ਨਿੱਕੂ ਬਾਲ ਬੌਲੀ ਫਿਰ ਤੇ ਆ ਰਿਹਾ ਲਓ ਬੁੱਢਾ ਕਹਿੰਦੇ ਨਿੱਕੂ ਬਾਲ ਭਾਰਿਆ ਹੈ ਲਓ ਬੰਦੇ ਦੀ ਟਰਾਈ ਕਰੀ ਤੇ ਅਪੀ ਲਾਸਟ ਬਾਲ ਲਓ ਬੁੱਢਾ ਕਹਿੰਦੇ ਡਿੱਗੂ ਬਾਲ ਭਾਰੇ ਹੈ ਵਾਈਡ ਬਾਲ ਤੋਂ ਬਾਲ ਜਿਹੜੀ ਵਾਈਡ ਹੋ ਗਈ ਹੈ ਖੇਡ ਦੇ ਮੈਦਾਨ ਵਿੱਚ ਇੱਕ ਰਨ ਦਾ ਵਾਧਾ ਹੋ ਗਿਆ ਉੱਨੀ ਰਹਿ ਗਏ ਅਗਲੇ ਮੈਚ ਦੀਆਂ ਟੀਮਾਂ ਦੋਨੋਂ ਤਿਆਰੀ ਫੜਨ ਗਈਆਂ ਜੀ ਅਗਲੇ ਮੈਚ ਦੀਆਂ ਟੀਮਾਂ 43 ਸਾਥੀ ਬੁਲਾਰੇ ਉਹ ਵੀ ਤਿਆਰੀ ਫੜਨਗੇ ਔਰ ਸੋਹਣੀ ਬਾਲ ਤੇ ਸੋਹਣਾ ਸ਼ਾਟ ਹੈ ਛੈਂਟੀ ਦਾ ਵੀਰੇ ਮੁਸ਼ਕਿਲ ਹੀ ਲੱਗਦਾ ਮੈਨੂੰ 12 ਦੇ ਵਿੱਚ 15 ਨੰਗਲਾਂ ਚ ਆਉਣਾ ਸ਼ਾਇਦ ਆਖਰੀ ਦਿਨ ਛੈਂਟੀ ਨਹੀਂ ਨੰਗਲ ਕਰਾਰ ਖਾਣ ਦੀ ਟੀਮ ਚ ਆਖਰੀ ਦਿਨ ਮੰਨੂ ਨੂੰ ਕੰਮ ਆ ਕੋਈ ਮੰਨੂ ਨੇ ਆਉਣਾ ਨਹੀਂ ਸ਼ਾਇਦ ਲਾੜ ਦੇਣ ਕਹਿੰਦੇ ਸ਼ਾਇਦ ਵੀਰੇ ਪੱਕਾ ਸ਼ੋਰ ਨਹੀਂ ਆ ਪਰ ਛੈਂਟੀ ਸ਼ਾਇਦ ਕਹਿੰਦੇ ਆ ਸਕਦਾ ਉਹਨਾਂ ਚ ਮੰਨੂ ਦੀ ਭੈਣ ਸਾਰਾ ਕੁਝ ਸ਼ਾਇਦ ਹੀ ਆ ਭੈਣ ਦਾ ਵਿਆਹ ਮੰਨੂ ਥਾਂ ਥਾਂ ਮੈਚ ਚੱਲਦੇ ਲੋਕ ਦੇਖਣ ਵੀ ਕਿਹਨੂੰ ਯਾਰਾ ਰੋਜ਼ ਹੀ ਮੈਚ ਹਰ ਰੋਜ਼ ਕ੍ਰਿਕਟ 12 ਬਾਲਾਂ 15 ਸਕੋਰ ਬਾਕੀ ਆ ਲਓ 12 ਬਾਲਾਂ ਦੇ ਵਿੱਚ 15 ਰਨ ਬਾਕੀ ਆ ਲੈਣੀ ਨਿੱਕੂ ਕੌਣ ਆ ਗਿਆ ਬਾਲਰ ਸੁੱਖਾ ਆ ਗਿਆ ਜਿਵੇਂ ਹੁਣ ਬਾਲ ਪਾਉਣੀ ਹੈ ਉਮਰ ਭਾਵੇਂ ਘੱਟ ਆ ਤਜਰਬੇ ਵੀ ਕਿਹਨੂੰ ਕਮੀ ਨਹੀਂ ਖਿਡਾਰੀ ਨੂੰ ਲੈਫਟ ਹੈਂਡ ਕਹਿੰਦੇ ਬਾਲਰਾਂ ਮੇਰੇ ਵੀਰੇ ਸੁੱਖਾ ਪਰ ਸਾਹਮਣੇ ਕਹਿੰਦੇ ਸੰਦੀਪ ਦਾ ਛੋਟਾ ਵੀ ਨਵਦੀਪ ਇੱਕ ਰਨ ਦਾ ਵਾਧਾ ਜਿਹੜਾ ਕਰਦਾ ਹੋਇਆ ਆਪਦੀ ਟੀਮ ਲਈ ਮੇਰੇ ਵੀਰੇ ਹੋ ਇੱਕ ਰਨ ਦਾ ਵਾਧਾ ਕਰਦਾ ਹੋਇਆ 11-14 ਅਸੀਂ ਭਮਾ ਬਣਾ 11-14 ਹੈਗੇ ਉਹ 11 ਬਾਲਾਂ ਕਹਿੰਦੇ ਨਾਲ 14 ਵਾਜੀਆਂ ਸਿੱਪਰ ਦੱਸਦੇ ਮੰਨਿਆ ਬਾਲਾਂ ਘੱਟ ਕਮਾਈ ਹੋ ਸਾਡੀਆਂ ਉਹ ਮੁੰਡਾ ਕਹਿੰਦੇ ਮੰਨਾ ਜਨੇਰ ਵਾਲਾ ਬੰਦਮੈਨ ਆਰਮੀ ਵਾਲੇ ਮੁੰਡੇ ਨੇ ਇਕੱਲੇ ਨੇ ਮੈਚ ਕੱਢ ਕੇ ਧਰਤਾ ਬਾਕੀ ਸਲਾਣੇ ਵਾਲੇ ਵੀ ਤਿਆਰੀ ਫੜਨਗੇ ਅਗਲੇ ਮੈਚ ਲਈ ਉਹ ਵੀ ਫਿੱਟ ਫੁੱਲ ਵੀ ਹੋਣਾ ਪੈਣਾ ਲਾੜਪੁਰ ਵਾਲਾ ਤੂੰ ਵੀ ਤਿਆਰੀ ਫੜ ਲੈ ਉਹ ਮੰਨੇ ਦਾ ਸ਼ਾਟ ਦੇ ਰਾਦੇ ਜਿਹੜੇ 1-2-3 ਉਹ ਤਾਂ 5-6 ਹੋ ਗਏ ਹੈ ਜੈਗੋ ਵੀ ਆ ਗਿਆ ਸਾਡਾ ਯਾਰ ਬੜਾ ਧੰਨਵਾਦ ਹੈ ਜੈਗੋ ਦਾ ਲੈ ਜੈਗੋ ਆ ਜਾ ਨਾਲ 3-4 ਕਹਿੰਦੇ ਗੁੰਡੇ ਚ ਕੀ ਫਿਰਦਾ ਜੈਗੋ ਐਨ ਅਮੀਰ ਖਾਨ ਹੋਣੀ ਸੇਵਾ
ਔਰ ਸ਼ੈਂਟੀ ਸਾਡਾ ਵੀਰ ਉਹ ਵੀ ਚੇਤੇ ਤੌਰ ਤੇ ਆ ਗਿਆ ਉਸ ਖੇਡ ਮੇਲੇ ਦੇ ਨਾਲ। ਬਹੁਤ ਵੱਡਾ ਧੰਨਵਾਦ ਢਾਬਾ ਵਾਲਾ ਨੀ ਮਾਛੀ ਵਾਲੇ ਸਾਹਿਬ ਵਾਲਾ ਚਾਰ ਸਲਾਣੇ ਨੂੰ ਕਿਉਂਕਿ ਆਪਾਂ ਦਾ ਫੈਸਲਾ ਸੀ।